ਸਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਜਿਹਦਾ ਨਾਂ ਹੈ ਰੂਹਾਨੀਅਤ ਗੱਲਾਂ ਗੱਲ ਕਰਾਂਗੇ ਸਿੱਖ ਫਿਲਾਸਫੀ ਬਾਰੇ ਸਿੱਖ ਫਿਲਾਸਫਰ ਦੇ ਨਾਲ ਮੈਂ ਹਮੇਸ਼ਾ ਤੁਹਾਨੂੰ ਮਿਲਾਨਾ ਉਹਨਾਂ ਬੁੱਧੀਜੀਵੀ ਨਾਲ ਤੁਹਾਨੂੰ ਮਿਲਾਨਾ ਜੋ ਕਿ ਤੁਹਾਨੂੰ ਦੱਸਦੇ ਨੇ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਆਪਣੀ ਜ਼ਿੰਦਗੀ ਦੇ ਵਿੱਚ ਯਾਨੀ ਕਿ ਜ਼ਮੀਨੀ ਪੱਧਰ ਤੇ ਉਹਨੂੰ ਉਤਾਰਨ ਕਰੋ ਪ੍ਰੈਕਟੀਕਲ ਲਾਈਫ ਕਿਵੇਂ ਜੀ ਜਾ ਸਕਦੀ ਆ ਅੱਜ ਮੇਰੇ ਨਾਲ ਜੋ ਸ਼ਖਸ਼ਿਤ ਮੁਖਾਤਬ ਹੋ ਰਹੇ ਨੇ ਉਹਨਾਂ ਦਾ ਨਾਂ ਹੈ ਗਿਆਨੀ ਕੁਲਦੀਪ ਸਿੰਘ ਜੀ ਜੋ ਕਿ ਹੈੱਡ ਗਰੰਟੀ ਨੇ ਗੁਰੂ ਨਾਨਕ ਦਰਬਾਰ हेक्सवेल ਦੇ ਅੱਜ ਮੇਰੇ ਨਾਲ ਰੂਬਰੂ ਹੋ ਰਹੇ ਨੇ ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰੂਹਾਨੀਅਤ ਗੱਲਾਂ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹਨਾ ਕਿ ਤੁਸੀਂ ਇਹ ਆਪਣਾ ਕੀਮਤੀ ਸਮਾਂ ਮੈਨੂੰ ਦਿੱਤਾ ਔਰ ਆਪਣੇ ਵਿਚਾਰ ਜੋ ਕਿ ਤੁਸੀਂ ਅੱਜ ਸਾਂਝੇ ਕਰੋਗੇ ਸੰਗਤ ਦੇ ਨਾਲ ਮੈਂ ਦਰਸ਼ਕਾਂ ਨੂੰ ਦੱਸਦਾ ਕਿ ਕਈ ਸਾਲਾਂ ਤੋਂ ਇਹਨਾਂ ਨੂੰ ਤਾਲੀਮ ਹੈ ਧਾਰਮਿਕ ਵਿਚਾਰਾਂ ਦੇ ਉੱਤੇ ਬੁੱਧੀਜੀਵੀ ਨੇ ਔਰ ਗੁਰੂ ਨਾਨਕ ਦਰਬਾਰ ਹਾਲ ਦੇ ਵਿੱਚ ਹੈੱਡ ਗ੍ਰੰਤੀ ਨੇ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਗਿਆਨੀ ਜੀ ਸਿੱਖ ਕੌਣ ਹੈ ਵਾਹ ਬਹੁਤ ਸੁਣਾ ਆਪ ਜੀ ਨੇ ਸਵਾਲ ਪੁੱਛਿਆ ਹੈ ਸਿੱਖ ਕੌਣ ਹੈ? ਸ਼੍ਰੋਮਣੀ ਕਮੇਟੀ ਦੀ ਛਪੀ ਹੋਈ ਇੱਕ ਧਰਮ ਪ੍ਰਚਾਰ ਕਮੇਟੀ ਨੇ ਛਾਪੀ ਹੈ ਸਿੱਖ ਰਹਿਤ ਮਰਿਆਦਾ ਜਿਹੜੀ ਕਿ ਸਾਰੇ ਪੰਥ ਤੇ ਲੱਗ ਹੁੰਦੀ ਹੈ ਸਿੱਖ ਰਹਿਤ ਮਰਿਆਦਾ ਉਸ ਦੇ ਅੰਦਰ ਪਹਿਲਾ ਹੀ ਇਹ ਸਿੱਖ ਕੌਣ ਹੈ ਜਾਂ ਸਿੱਖ ਦੀ ਪਰਿਭਾਸ਼ਾ ਕੌਣ ਹੈ ਸਿੱਖ ਉਹਦੇ ਬਾਰੇ ਦੱਸਿਆ ਹੈ ਸੋ ਉਹਦੇ ਵਿੱਚ ਜੋ ਸਾਨੂੰ ਸਿੱਖ ਦੀ ਪਰਿਭਾਸ਼ਾ ਲਿਖੀ ਮਿਲਦੀ ਹੈ ਸਿੱਖ ਮਰਦ ਜਾਂ ਔਰਤ ਕਿਉਂਕਿ ਸਿੱਖ ਖਿਲਾਫ ਅਸਾ ਹੈ ਉਹ ਮੇਲ ਜਾਂ ਫੀਮੇਲ ਮਰਦ ਜਾਂ ਔਰਤ ਲਈ ਸਾਂਝਾ ਵਰਤਿਆ ਜਾਂਦਾ ਹੈ ਸਿੱਖ ਇਹ ਨਹੀਂ ਕਹਿੰਦੇ ਸਿੱਖ ਇਹ ਨਾ ਸਿੱਖਣੀ ਜਿਹੜਾ ਸਿੱਖ ਹੈ ਉਹ ਮਰਦ ਵੀ ਹੈ ਔਰਤ ਵੀ ਹੈ ਸੋ ਸਾਹਿਬ ਉਹ ਮਰਾਇਦਾ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਜਿਹੜਾ ਮਰਦ ਜਾਂ ਔਰਤ ਪਹਿਲੇ ਪਾਸ਼ਾ ਤੋਂ ਲੈ ਕੇ 10ਵੇਂ ਪਾਸ਼ਾ ਤੱਕ ਜੀ ਭਾਵ ਕਿ ਗੁਰਨਾਨ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਜੀ ਗੁਰੂ ਮੰਨਦਾ ਹੋਵੇ ਉਹਨਾਂ ਨੂੰ ਜੀ ਔਰ ਗੁਰੂ ਗੰਗ ਸਾਹਿਬ ਮਹਾਰਾਜ ਦੀ ਬਾਣੀ ਤੇ ਨਿਸ਼ਚੈ ਰੱਖਦਾ ਹੋਵੇ ਜੀ ਤੇ ਜੋ ਦਸਾਂ ਪਾਸ਼ੀਆਂ ਦੀ ਬਾਣੀ ਨੂੰ ਮੰਨਦਾ ਹੋਵੇ ਜੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬਖਸ਼ਿਸ਼ ਕੀਤੀ ਹੋਈ ਅੰਮ੍ਰਿਤ ਤੇ ਪ੍ਰੋਸਾ ਰੱਖਦਿਆਂ ਹੋਇਆਂ ਉਸ ਨੂੰ ਮੰਨਦਾ ਹੈ ਵਿਸ਼ਵਾਸ ਰੱਖਦਾ ਹੈ ਬਲੀਵ ਕਰਦਾ ਹੈ ਬਲੀਵ ਕਰਦਾ ਹੈ ਤੇ ਉਸ ਤੋਂ ਬਿਨਾ ਕਿਸੇ ਹੋਰ ਨੂੰ ਇੱਕ ਕਾਲਪੁਰਖ ਨੂੰ ਮੰਨਦਾ ਤੇ ਉਸ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਮੰਨਦਾ ਤੇ ਉਹ ਸਿੱਖ ਹੈ ਬਿਲਕੁਲ ਜਿਵੇਂ ਬਲੀਵ ਕਰਦਾ ਹੈ ਉਹੀ ਉਹਦੇ ਕਰਮ ਨੇ ਤੇ ਅਸੀਂ ਜ਼ਰੂਰ ਕਹਿੰਦੇ ਆ ਕਿ ਯੂ ਸ਼ੁਡ ਬਲੀਵ ਐਂਡ THEN ਯੂ ਸ਼ੁਡ ਬਲੀਵ ਓਨ ਯਰ ਕਰਮਾ ਤੇ ਉਹੀ ਸਾਡਾ ਵੀ ਟੀਚਰ ਐਸ ਅ ਸ਼ੋ ਦੇ ਮਕਸਦ ਤੁਹਾਨੂੰ ਦਰਸ਼ਨ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਫੋਕਸ ਅਸੀਂ ਕਰਦੇ ਆ ਕਿ ਪ੍ਰੈਕਟੀਕਲ ਲਾਈਫ ਜੇ ਤੁਹਾਡਾ ਜਿਹੜਾ ਤੁਹਾਡਾ ਵਰਕ ਹੈ ਔਰ ਜਿਹੜੇ ਤੁਹਾਡੇ ਸਰਵਾਈਵਲ ਸਕਿਲਸ ਨੇ ਉਸੇ ਤੁਸੂ ਆਪਣੀ ਲਾਈਫ ਦੇ ਵਿੱਚ ਕਿਵੇਂ ਤੁਸੀਂ ਉਹਨੂੰ ਲੈ ਕੇ ਆ ਸਕਦੇ ਹੋ ਤੇ ਨਾਲ ਬਾਣੀ ਨਾਲ ਜੁੜ ਕੇ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਚਾਰਧਾਰਾ ਹੈ ਜਿਹੜੇ ਸਾਨੂੰ ਸਾਡੇ ਗੁਰੂ ਸਾਹਿਬਾਨ ਸਿਖਾ ਗਏ ਸੀਗੇ ਉਹ ਐਂਡ ਆਫ ਦਾ ਡੇ ਪ੍ਰੈਕਟੀਕਲ ਹੀ ਸੀਗੇ ਔਰ ਜਦ ਉਸ ਨੂੰ ਅਸੀਂ ਆਪਣੀ ਲਾਈਵ ਦੇ ਵਿੱਚ ਧਾਰਦੇ ਆ ਤੇ ਅਸੀਂ ਆਪਣੀ ਲਾਈਫ ਨੂੰ ਹੋਰ ਕਿਵੇਂ ਸੁਖ ਦੇ ਸਕਦੇ ਆ ਇਸੇ ਬਾਰੇ ਕਰਦੇ ਆ ਵਿਚਾਰ ਵਟਾਂਦਰਾ ਸਭ ਤੋਂ ਪਹਿਲਾ ਸਵਾਲ ਤਾਂ ਹਮੇਸ਼ਾ ਲਾਈਵ ਦੇ ਵਿੱਚ ਤੁਹਾਡਾ ਵੀ ਰਹਿੰਦਾ ਔਰ ਮੈਂ ਵੀ ਹਮੇਸ਼ਾ ਪੁੱਛਣ ਦੀ ਕੋਸ਼ਿਸ਼ ਕਰਦਾ ਕਿ ਅਸੀਂ ਆਪਣੀ ਲਾਈਵ ਦੇ ਵਿੱਚ ਗਿਆਨੀ ਜੀ ਸਟ्रेस ਨੂੰ ਕਿਵੇਂ ਦੂਰ ਕਰ ਸਕਦੇ ਆ ਕਿਉਂਕਿ ਹਰ ਕਿਸੇ ਦੀ ਅੱਜ ਦੀ ਇਸ ਭੱਜਦੀ ਹੋਈ ਜ਼ਿੰਦਗੀ ਦੇ ਵਿੱਚ ਹਰ ਕੋਈ ਕੰਮ ਕਰਦਾ ਤੇ ਐਂਡ ਆਫ ਦਾ ਡੇ ਉਹਨੂੰ ਬਹੁਤ ਸਟ्रेस ਹੁੰਦਾ ਤੇ ਬਾਣੀ ਬਾਣੀ ਇਸਾਨੂੰ ਕਿਵੇਂ ਸਿਖਾਉਂਦੀ ਕਿ ਅਸੀਂ ਸਟ्रेस ਨੂੰ ਦੂਰ ਕਰ ਸਕੀਏ ਜਦੋਂ ਆਪਾਂ ਬਾਣੀ ਪੜ੍ਹਦੇ ਆਂ ਆਮ ਤੌਰ ਤੇ ਜੋ ਸੁਰੇ ਆਪਾਂ ਹੁਕਮ ਮੰਹਾ ਲੈਂਦੇ ਆਂ ਨਾ ਉਹਨਾਂ ਵਿੱਚ ਇੱਕ ਸ਼ਬਦ ਇਹ ਵੀ ਆਉਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਬਦ ਹੈ ਜਿਸ ਵਿੱਚ ਉਹ ਕਹਿੰਦੇ ਨੇ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸਮਨ ਉਪਜੋ ਸਗਲੇ ਦੁੱਖ ਪੁਲਾਇਣ ਇਹ ਰਹਾਵੜੀਆਂ ਪੰਕਤੀਆਂ ਨੇ ਔਰ ਇਹਦੇ ਵਿੱਚ ਸਹਿਬਾ ਨੇ ਸਾਨੂੰ ਬਹੁਤ ਸੁੰਦਰ ਸਮਝਾਇਆ ਹੈ ਕਿ ਸਾਡਾ ਜੀਵਨ ਜਿਹੜਾ ਹੈ ਸੋਹਣਾ ਬਣ ਸਕੇ ਖੁਸ਼ਹਾਲੀ ਵਾਲਾ ਹੋ ਸਕੇ ਕਿਉਂਕਿ ਆਪਾਂ ਸਮਾਜਿਕ ਆ ਸਮਾਜਿਕ ਪ੍ਰਾਣੀ ਆ ਸਮਾਜ ਦੇ ਵਿੱਚ ਰਹਿੰਦੇ ਆ ਤੇ ਸਮਾਜ ਵਿੱਚ ਰਹਿੰਦਿਆਂ ਹੋਇਆਂ ਹਰ ਮਨੁੱਖ ਚਾਹੁੰਦਾ ਹੈ ਕਿ ਸਾਡੇ ਕੋਲ ਜ਼ਿੰਦਗੀ ਦੇ ਅੰਦਰ ਜਿੱਥੇ ਸਾਰੀਆਂ ਸੁੱਖ ਸਹੂਲਤਾਂ ਵੀ ਹੋਣ ਜੀ ਤੇ ਉਹਨਾਂ ਸਹੂਲਤਾਂ ਤੋਂ ਸਾਨੂੰ ਸ਼ਾਂਤੀ ਵੀ ਹੋਵੇ ਸੁੱਖ ਵੀ ਹੋਵੇ ਅੰਦਰ ਖੜਾਅ ਹੋਵੇ ਤਾਂ ਉਸ ਦੇ ਲਈ ਸਹਿਬਾ ਨੇ ਬਾਣੀ ਦੇ ਨਾਲ ਜੁੜਨ ਲਈ ਸਾਨੂੰ ਹਦਾਇਤ ਕੀਤੀ ਹੈ ਤੇ ਬਾਣੀ ਦੇ ਅੰਦਰ ਸੰਦੇਸ਼ ਕੀ ਮੈਂ ਤੁਹਾਨੂੰ ਸੌਰੀ ਵਿੱਚ ਟੋਕ ਰਿਹਾ ਲੇਕਿਨ ਅੱਜ ਕੱਲ੍ਹ ਲੱਗਦਾ ਹੈ ਕਿ ਜਿਹੜੀ ਸ਼ਾਂਤੀ ਆ ਉਹ ਖਤਮ ਹੋ ਚੁੱਕੀ ਆ ਔਰ ਸਟ्रेस ਦਿਨ ਬਰ ਦਿਨ ਵੱਧਦਾ ਜਾਂਦਾ ਵੱਧਦਾ ਜਾਂਦਾ ਵੱਧਦਾ ਜਾਂਦਾ ਤੇ ਉਸ ਤੋਂ ਨਿਪਟਾਰਾ ਕਿਵੇਂ ਪਾਇਆ ਜਾ ਸਕਦਾ ਕਿਉਂਕਿ ਬਾਣੀ ਸਾਨੂੰ ਸਿਖਾਉਂਦੀ ਹੈ ਉਹਨੂੰ ਲੋਕ ਪੜਦੇ ਵੀ ਹੈਗੇ ਚਾਹੇ ਉਹ ਜਪਜੀ ਸਾਹਿਬ ਦਾ ਪਾਠ ਕਰਦੇ ਹੋਣ ਜਪ ਸਾਹਿਬ ਦਾ ਪਾਠ ਕਰਦੇ ਹੋਣ ਉਹ ਪਾਠ ਕਰਦੇ ਉਹਨਾਂ ਜਿਦੋਂ ਤੋਂ ਸਾਨੂੰ એનર્ਜੀ ਮਿਲਦੀ ਹੈ ਸਾਨੂੰ ਪੋਜ਼ਿਟਿਵਿਟੀ ਮਿਲਦੀ ਹੈ ਲੇਕਿਨ ਉਹਨੂੰ ਅਸਲੀ ਜ਼ਿੰਦਗੀ ਦੇ ਵਿੱਚ ਅਮਲੀ ਜਾਮਾ ਕਿਵੇਂ ਪਾਇਆ ਜਾ ਸਕਦਾ ਅਸਲੀ ਜ਼ਿੰਦਗੀ ਦੇ ਅੰਦਰ ਜੇ ਅਸੀਂ ਬਾਣੀ ਨੂੰ ਸਮਝਦੇ ਹਾਂ ਪਹਿਲਾਂ ਤਾਂ ਜੋ ਇਹ ਸ਼ਬਦ ਮੈਂ ਤੁਹਾਨੂੰ ਫਿਰ ਅਰਥ ਕਰਦੇ ਆਂ ਜੀ ਸਾਬ ਜੀ ਆਖਦੇ ਨੇ ਰਸਨਾ ਗੁਣ ਗੋਪਾਲ ਨਿਤ ਗਾਇਨ ਆਪਣੀ ਰਸਨਾ ਦੇ ਨਾਲ ਤੂੰ ਉਸ ਹਰੀ ਪਰਮਾਤਮਾ ਦੇ ਗੁਣਾਂ ਨੂੰ ਗਾ ਜਿਹੜਾ ਕਿ ਖਜ਼ਾਨਾ ਹੈ ਸਾਰੇ ਸੁੱਖਾਂ ਦਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਸ਼ਾਂਤੀ ਹੋਵੇ ਤੇ ਸਾਬ ਜੀ ਆਖਦੇ ਤੈਨੂੰ ਮਿਲੇਗੀ ਸ਼ਾਂਤ ਸਹਿਜ ਰਹਿਸਮਨ ਉਪਜੋ ਸ਼ਾਂਤ ਤੋਂ ਭਾਵ ਮਨ ਦੀ ਸ਼ਾਂਤੀ ਸਹਿਜ ਤੋਂ ਭਾਵ ਅੰਦਰ ਆਤਮਿਕ ਸਥਿਰਤਾ ਜਿਹੜੀ ਭੱਜ ਦੌੜ ਸਾਨੂੰ ਇਸ ਜ਼ਿੰਦਗੀ ਦੇ ਅੰਦਰ ਪਈ ਹੋਈ ਹੈ ਨਾ ਜੋ ਆ ਰਹੀ ਹੈ ਜੋ ਅਸੀਂ ਭੱਜ ਦੌੜ ਕਰਦੇ ਹਾਂ ਤੇ ਉਸ ਤੋਂ ਸਾਨੂੰ ਜਿੱਥੇ ਖੁਸ਼ੀ ਮਿਲਦੀ ਹੈ ਉੱਥੇ ਨਾਲ ਕੁਛ ਨਾ ਕੁਛ ਸਾਡੇ ਮਨ ਨੂੰ ਸਟ्रेस ਜਾਂਦਾ ਹੈ ਪਰ ਜੇ ਸਾਡੇ ਜ਼ਿੰਦਗੀ ਦੇ ਅੰਦਰ ਬਾਣੀ ਹੋਏਗੀ ਨਾ ਤਾਂ ਬਾਣੀ ਸਾਨੂੰ ਇੱਕ ਸਾਡਾ ਬੈਲੈਂਸ ਬਣਾ ਕੇ ਰੱਖੇਗੀ ਬਿਲਕੁਲ ਇਸ ਤੋਂ ਮੈਨੂੰ ਦਰਸ਼ਕਾਂ ਨੂੰ ਦੱਸਦਾ ਇਸ ਤੋਂ ਮੈਨੂੰ ਐ ਸਮਝ ਆ ਰਿਹਾ ਹੈ ਕਿ ਸਭ ਤੋਂ ਪਹਿਲਾਂ ਮੈਨੂੰ ਗਿਆਨੀ ਜੀ ਨੇ ਦੱਸਿਆ ਕਿ ਯੂ ਸ਼ੁਡ ਬਲੀਵ ਵਾਂਸ ਯੂ ਬਲੀਵ ਦੈਨ ਤੁਸੀਂ ਉਹਨੂੰ ਆਪਣੀ ਅੰਦਰ ਵੀ ਧਾਰੋ ਜਦ ਤੁਸੀਂ ਉਸ ਬਾਣੀ ਨੂੰ ਅੰਦਰ ਧਾਰਦੇ ਹੋ ਤਾਂ ਤੁਹਾਡਾ ਜਿਹੜਾ ਐਗਰੈਸ਼ਨ ਹੈ ਉਹ ਕੱਟ ਹੁੰਦਾ ਤੁਸੀਂ ਕਾਮ ਹੋ ਜਾਂਦੇ ਹੋ ਔਰ ਜਦ ਤੁਸੀਂ ਕਾਮ ਹੁੰਦੇ ਹੋ ਤੁਸੀਂ ਹੋਰ એનਰਜੈਟਿਕ ਹੋ ਜਾਂਦੇ ਹੋ ਜੇ ਤੁਸੀਂ એનਰਜੈਟਿਕ ਹੋ ਜਾਂਦੇ ਹੋ ਤਾਂ ਤੁਸੀਂ ਬਲੀਵ ਕਰਨ ਲੱਗ ਪੈਂਦੇ ਹੋ ਕਿ ਮੈਂ ਕੁਝ ਕਰ ਸਕਦਾ ਔਰ ਜਦ ਤੁਸੀਂ ਬਲੀਵ ਕਰਨ ਲੱਗ ਪੈਂਦੇ ਹੋ ਬਾਬਾ ਜੀ ਦੀ ਗੱਲਾਂ ਤੋਂ ਜੋ ਮੈਨੂੰ ਸਭਨਾਂ ਜਾ ਰਿਹਾ ਹੈ ਕਿ ਯੂ 겟 ਮੋਰ ਕੌਨਫिडेंट ਐਂਡ THEN ਯੂ ਡੂ ਯੋਰ ਵਰਕ ਵਿਦ ਯੋਰ ਸਟਾਈਲ ਵਿਦਯਰ ਇੰਟੈਲੀਜੈਂਸੀ ਉਹ ਤੁਸੀਂ ਉਸੇ ਨਾਲ ਹਿਸਾਬ ਨਾਲ ਕਰਦੇ ਹੋ ਬਿਲਕੁਲ ਕਹਿੰਦੇ ਜੀ ਆਪਾਂ ਗੱਲ ਨੂੰ ਕੰਟੀਨਿਊ ਰੱਖਦੇ ਹੋਏ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਬਾਣੀ ਦੇ ਵਿੱਚ ਉਹੀ ਲਿਖਿਆ ਹੋਇਆ ਹੈ ਕਿ ਸਾਨੂੰ ਪੇਸ਼ੈਂਸ ਹੋਣਾ ਚਾਹੀਦਾ ਹੈ ਕਾਮ ਹੋਣਾ ਚਾਹੀਦਾ ਐਗਰੈਸਿਵ ਐਗਰੈਸ਼ਨ ਜਿਹੜਾ ਹਰ ਸਮੇਂ ਨਹੀਂ ਯੂਜ਼ ਕਰਨਾ ਚਾਹੀਦਾ ਲੇਕਿਨ ਕੀ ਕਰੀਏ ਸਿੱਖਾਂ ਦੇ ਵਿੱਚ ਤਾਂ ਐਗਰੈਸ਼ਨ ਬਹੁਤਾ ਉਹ ਕਿਵੇਂ ਕੱਟ ਹੋ ਸਕਦਾ ਉਹ ਤੇ ਕਿਵੇਂ ਅਸੀਂ ਇਹਨੂੰ ਕੱਟ ਕਰ ਸਕਦੇ ਹਾਂ ਦੇਖੋ ਸਿੱਖ ਦੀ ਤੁਸੀਂ ਪੁੱਛਿਆ ਸੀ ਪ੍ਰਭਾਸ਼ਾ ਕੀ ਹੈ ਉਹਦੇ ਵਿੱਚ ਵੀ ਇਹ ਜਿਹੜੀ ਅਸੀਂ ਗੁਰਬਾਣੀ ਨੂੰ ਦੇਖਦੇ ਹਾਂ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਹੈ ਗੁਰਸਤਗੁਰ ਕਾ ਜੋ ਸਿੱਖ ਅਖਾਈ ਸੋ ਭਲਕੇ ਉਠ ਹਰ ਨਾਮ ਤੇ ਆਵੇ। ਕੀ ਬਾਤ। ਖੁਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਖ ਪਾਪ ਦੁਖ ਲੈ ਜਾਵੇ। ਜੋ ਸਾਸ ਗਿਰਾਸ ਧਿਆਵੇ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ। ਇਹ ਸਾਰੇ ਸ਼ਬਦ ਨੂੰ ਜੋ ਅਸੀਂ ਪੜ੍ਹਦੇ ਆ ਨਾ ਇਹ ਵੈਸੇ ਸਿੱਖ ਦੀ ਅਸਲੀ ਪ੍ਰਭਾਸ਼ਾ ਗੁਰਬਾਣੀ ਅਨੁਸਾਰ ਹੈ। ਜੀ। ਗੁਰਬਾਣੀ ਸਾਨੂੰ ਦੱਸਦੀ ਹੈ ਸਿੱਖ ਦੀ ਪ੍ਰਭਾਸ਼ਾ ਜਿਹੜਾ ਇਸ ਤੇ ਚੱਲਦਾ ਹੈ ਨਾ ਅਮਰਤ ਵੇਲਾ ਸੰਭਾਲਦਾ ਹੈ ਹਾਲਾਂਕਿ ਸਾਡੀ ਜ਼ਿੰਦਗੀ ਅੱਜ ਇਸ ਇਤਨੀ ਭੱਜ ਦੌੜ ਵਾਲੀ ਹੋ ਗਈ ਹੈ ਕਿ ਰਾਤ ਨੂੰ ਜਦੋਂ ਅਸੀਂ 12 ਕੋਈ ਸੌਨੇ ਆ ਤੇ ਸਵੇਰੇ 4 ਵਜੇ ਜਾਂ 5 ਵਜੇ ਉੱਠਣਾ ਸਾਡੇ ਲਈ ਮੁਸ਼ਕਲ ਹੈ ਪਰ ਫਿਰ ਵੀ ਜਦੋਂ ਅਸੀਂ ਉੱਠਦੇ ਆ ਜਦੋਂ ਉੱਠ ਗਏ ਤਾਂ ਇੱਕ ਵਾਰੀ ਇਸ਼ਨਾਨ ਕਰਕੇ ਮਨ ਨੂੰ ਟਿਕਾ ਕੇ ਉਸ ਪਰਮਾਤਮਾ ਦੀ ਬੰਦਗੀ 'ਚ ਬੈਠੀਏ ਜਿੰਨਾ ਸਮਾਂ ਮਿਲੇ ਅਸੀਂ ਬਾਣੀ ਨੂੰ ਪੜ੍ਹੀਏ ਅੱਜ ਇਹ ਗੱਲ ਠੀਕ ਹੈ ਕਿ ਅਸੀਂ ਬਾਣੀਆਂ ਪੜ੍ਹਦੇ ਹਾਂ ਭੱਜ ਦੌੜ ਕੇ ਭੱਜ ਦੌੜ ਵਾਲੀ ਜ਼ਿੰਦਗੀ ਹੈ ਜਪਜੀ ਸਾਹਿਬੀ ਫਟਾਫਟ ਪੜ੍ਹ ਲਿਆ ਜਨਹੌਣ ਵਾਲੀ ਪੜ੍ਹ ਲਿਆ ਚਲੋ ਜੋ ਕੋਈ ਪੰਜ ਨੇ ਪੰਜ ਬਾਣੀਆਂ ਦਾ ਪਾਠ ਵੀ ਕਰਦਾ ਹੈ ਪਰ ਜ਼ਰੂਰੀ ਹੈ ਕਿ ਇੰਨਾ ਕੋ ਟਾਈਮ ਅਸੀਂ ਜ਼ਰੂਰ ਬਾਣੀ ਦੇ ਕਢੀ ਕਿ ਉਸ ਨੂੰ ਅਰਥਾਂ ਸਮੇਤ ਪੜਹੀਏ கரੈਕਟ ਸੋ ਜਿਹੜੇ ਸਾਨੂੰ ਸੁਣ ਰਹੇ ਹੋ ਤਾਂ ਲਿਖ ਲਓ ਆਪਣੇ ਕੋਲ ਡਾਇਰੀ ਦੇ ਵਿੱਚ ਇਹ ਇੱਕ ਇੱਕ ਵਰਡ ਲਿਖ ਲਓ ਮੈਡੀਟੇਸ਼ਨ ਤੇ ਰੈਸਿਟੇਸ਼ਨ ਚੋ ਸਾਨੂੰ ਇਸ ਟਾਈਮ ਕੀ ਅਰਥ ਦੱਸ ਰਹੇ ਨੇ ਜੀ ਬਾਣੀ ਨੂੰ ਅਸੀਂ ਅਰਥ ਨਾਲ ਪੜਾਂਗੇ ਨਾ ਜੋ ਵੀ ਅਸੀਂ ਬਾਣੀ ਨੂੰ ਵਿਚਾਰ ਕੇ ਪੜਾਂਗੇ ਸਾਨੂੰ ਸਮਝ ਆਵੇਗੀ ਸਾਡੇ 1430 ਅੰਗਰੂ ਗ੍ਰੰਥ ਸਾਹਿਬ ਮਹਾਰਾਜ ਦੇ ਜੋ ਸਾਨੂੰ ਬਾਣੀ ਹੈ ਇਹ ਕੇਵਲ ਪੂਜਣ ਵਾਸਤੇ ਨਹੀਂ ਹੈ ਵੀ 2 ਮਿੰਟ ਚ ਆਏ ਮੱਥਾ ਟੇਕਿਆ ਪ੍ਰਸ਼ਾਦ ਲਿਆ ਤੇ ਗੁਰਦੁਆਰੇ ਸਾਹਿਬ ਤੋਂ ਬਾਹਰ கரੈਕਟ ਅੱਜ ਕੱਲ ਬਹੁਤੀਆਂ ਸੰਗਤਾਂ ਇਸੇ ਤਰ੍ਹਾਂ ਹੀ ਸਾਨੂੰ ਦੇਖਣ ਆ ਰਿਹਾ ਹੈ ਕਿਉਂਕਿ ਜਿਹੜਾ ਸਵੇਰ ਦਾ ਦੀਵਾਨ ਹੁੰਦਾ ਨਿਤਨੇਮ ਦੇ ਵੇਲੇ ਭਾਈ ਸਾਹਿਬ ਜੀ ਹੋਣਗੇ ਜਾਂ ਦੋ ਚਾਰ ਹੋ ਜਾਣੇ ਬੈਠੇ ਹੁੰਦੇ ਨੇ ਹੂੰ ਤੇ ਜੋ ਉਸ ਤੋਂ ਬਾਅਦ ਆਸਰ ਕੀ ਵਾਰ ਕੀ ਕੀਰਤਨ ਹੁੰਦੇ ਨੇ ਜਾਂ ਉਸ ਤੋਂ ਬਾਅਦ ਕਥਾ ਹੁੰਦੀ ਹੈ ਸਵੇਰ ਦਾ 2 2.5 ਘੰਟੇ ਦਾ ਜੋ ਪ੍ਰੋਗਰਾਮ ਹੈ ਸੰਗਤਾਂ ਬੈਠ ਕੇ ਸੁਣਨ ਵਾਲੀਆਂ ਜਿਹੜੀਆਂ ਨੇ ਅੱਜ ਕੱਲ ਘਟ ਨੇ ਬਾਕੀ ਭਾਈ ਦੂੜ ਇੰਨੀ ਹੈ ਕਿ ਰਾਤ ਨੂੰ ਆਪਾਂ ਇੰਨਾ ਲੇਟ ਸੁਣਨੇ ਕਿ ਸਵੇਰੇ ਅਮਰਤ ਵੇਲਾ ਸਾਢੇ ਕੋ ਖੁੰਝਿਆ ਹੋਇਆ ਸੋ ਰਾਈਟ ਅਦਰ ਵਰਡ ਥੈਟ ਇਜ਼ ਲਿਸਨਿੰਗ ਪਾਵਰ ਸੁਣਨਾ ਵੀ ਬਹੁਤ ਜ਼ਰੂਰੀ ਹੈ ਜ਼ਰੂਰੀ ਹੈ ਇਹ ਬਿਲਕੁਲ ਬੇਹਦ ਮੈਨੂੰ ਗੱਲ ਬਹੁਤ ਅੱਛੀ ਲੱਗੀ ਗਿਆਨੀ ਜੀ ਦੀ ਕਿ ਤੁਸੀਂ ਗੁਰਦੁਆਰੇ ਸਿਰਫ ਮੱਥਾ ਟੇਕਣ ਹੀ ਆਉਂਦੇ ਕਿ ਮੱਥਾ ਟੇਕਿਆ ਪ੍ਰਸ਼ਾਦ ਲਿਆ ਲੰਗਰ ਛਕਿਆ ਔਰ ਤੁਹਾਡਾ ਅੱਜ ਦਾ ਗੁਰਦੁਆਰਾ ਆਂਦਾ ਜਿਹੜਾ ਟੀਚਾ ਉਹ ਪੂਰਾ ਹੋ ਗਿਆ ਨੋ ਤੁਸੀਂ ਐਂਡ ਆਫ ਦਾ ਡੇ ਸਿੱਖ ਕੇ ਕੀ ਜਾ ਰਹੇ ਹੋ ਵਟ ਯੂ ਆਰ ਗੈਟਿੰਗ ਆਊਟ ਆਫ ਦੀ ਗੁਰਦੁਆਰਾ ਸਾਹਿਬ ਉਹ ਜਿਹੜੇ ਵਿਚਾਰ ਨੇ ਗੁਰਦੁਆਰੇ ਦੇ ਅੰਦਰ ਉਹ ਜਿਹੜੀ ਪੋਜ਼ਿਟਿਵਿਟੀ ਗੁਰਦੁਆਰੇ ਦੇ ਵਿੱਚ ਘੁੰਮ ਰਹੀ ਆ ਉਹ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਕਿਵੇਂ ਲੈ ਕੇ ਜਾ ਰਹੇ ਹੋ 댓 ਵਟ ਯੂ نو ਗੁਰਦੁਆਰਾ ਸਾਹਿਬ ਟੀਚ ਯੂ 댓 ਵਟ ਜਿਹੜੇ ਉੱਥੇ ਰਾਗੀ ਬੈਠੇ ਹੁੰਦੇ ਨੇ ਜਿਹੜੇ ਉੱਥੇ ਕਥਾਵਾਚਕ ਬੈਠੇ ਹੁੰਦੇ ਨੇ ਜਿਹੜੇ ਗ੍ਰੰਥੀ ਸਾਹਿਬ ਉਸ ਟਾਈਮ ਕਥਾ ਕਰ ਰਹੇ ਹੁੰਦੇ ਨੇ ਵਟ ਥੇ ਆਰ ਟ and those thing in your life so ایتھے ਮੈਂ ਸੰਤਾਂ ਨੂੰ ਇੱਕ ਹੋਰ ਵੀ ਕਲੀਅਰ ਕਰ ਦਵਾ ਇੱਕ ਤਿਲਨਾ ਭੰਨੇ ਘਾਲ ਹੈ ਉਹ ਸਾਡੀ ਜਿਹੜੀ ਘਾਲ ਨਾ ਕੁਝ ਵੀ ਜੋ ਅਸੀਂ ਕਰਦੇ ਆ ਉਹ ਵੀ ਮੁਬਾਰਕ ਹੈ ਜਿਹੜੇ ਆਂਦੇ ਨੇ ਉਹਨਾਂ ਦੇ ਮਨ 'ਚ ਅੰਦਰ ਇੱਕ ਸ਼ਰਧਾ ਜ਼ਰੂਰ ਹੈ ਕਿ ਅਸੀਂ ਜਿਹੜੋ ਆਪਣਾ ਕੰਮ ਤੇ ਜਾਣਾ ਇੱਕ ਵਾਰੀ ਗੁਰੂ ਘਰ ਜ਼ਰੂਰ ਜਾਣਾ ਹੈ ਗੁਰੂ ਦੇ ਦਰਸ਼ਨ ਜ਼ਰੂਰ ਕਰਨੇ ਨੇ ਐ ਨਹੀਂ ਕੋਈ ਨਿਰਾਸ਼ਤਾ ਵਾਲੀ ਗੱਲ ਨਹੀਂ ਮੈਂ ਕੀਤੀ ਕਿ ਉਹ ਜਿਹੜਾ ਆਉਣਾ ਬਿਲਕੁਲ ਹੀ ਕਿਸੇ ਕੰਮ ਦਾ ਨਹੀਂ ਜਾਂ ਕਿਸ ਥਾਈ ਨਹੀਂ ਪੈਣਾ ਉਹ ਵੀ ਮੁਬਾਰਕ ਹੈ ਜ਼ਰੂਰ ਜਿਹੜੇ ਆਉਂਦੇ ਨੇ ਭਾਵੇਂ 5 ਮਿੰਟ ਲਈ ਆਉਂਦੇ ਨੇ 2 ਮਿੰਟ ਲਈ ਆਉਂਦੇ ਨੇ ਮੱਥਾ ਟੇਕ ਕੇ ਜਾਂਦੇ ਨੇ ਇੱਕ ਰੂਟੀਨ ਉਹਨਾਂ ਨੇ ਬਣਾਈ ਹੈ ਅੱਛੀ ਗੱਲ ਹੈ ਪਰ ਮੇਰਾ ਜੋ ਇੱਕ ਮੈਸੇਜ ਇਹ ਹੈ ਸੰਗਤਾਂ ਦੇ ਲਈ ਜੋ ਆਪਾਂ ਬਾਣੀ ਹੈ ਉਸ ਨੂੰ ਆਪਾਂ ਵਿਚਾਰ ਕੇ ਪੜਨ ਹੈ ਸੋ ਇਸੇ ਤਰ੍ਹਾਂ ਆਪਾਂ ਅਖੰਡ ਪਾਠ ਸਭ ਕਰਾਉਨੇ ਆ ਠੀਕ ਹੈ ਜੀ ਆਪ ਹੁੰਦਾ ਨਾ ਪਾਠ ਸਹਿਜ ਪਾਠ ਕਰਨਾ ਚਾਹੀਦਾ ਹੈ ਸਹਿਜ ਪਾਠ ਭਾਵੇਂ ਉਹ 2 ਮਹੀਨੇ ਚ ਭੋਗ ਪਾਈਏ ਭਾਵੇਂ 6 ਮਹੀਨੇ ਲੱਗ ਜਾਣ ਪਰ ਸਹਿਜ ਪਾਠ ਆਪਾਂ ਨੂੰ ਆਪ ਕਰਨਾ ਚਾਹੀਦਾ ਹੈ ਬਾਣੀ ਆਪ ਪੜਨੀ ਚਾਹੀਦੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾ ਉਹ ਜਿਹੜੀ ਪੰਡਰ ਸ਼੍ਰੇਣੀ ਸੀ ਉਹ ਖਤਮ ਕੀਤੀ ਸੀ ਇਹ ਆਪ ਸਿੱਖਾ ਨੇ ਸਾਰਿਆਂ ਨੇ ਪ੍ਰਚਾਰਕ ਬਣਨਾ ਬਾਣੀ ਆਪ ਪੜਨੀ ਹੈ ਤੇ ਆਪ ਉਰ ਤੇ ਅਮਲ ਕਰਦੇ ਹੋਇਆ ਉਸ ਨੂੰ ਜ਼ਿੰਦਗੀ ਵਿੱਚ ਟਾੜਨਾ ਇੰਪਲੀਮੈਂਟ ਕਰਨਾ ਬਿਲਕੁਲ ਕਰਨਾ ਹੈ ਉਹ ਤਾਂ ਹੀ ਹੋ ਸਕੇਗਾ ਜੇ ਤੁਸੀਂ ਉਹ ਵਿਚਾਰਾਂਗੇ ਭਾਵੇਂ ਇੱਕ ਸ਼ਬਦ ਰੋਜ਼ ਦਾ ਜਾਂ ਜਬਰੀ ਸਾਹਿਬ ਦੀ ਇੱਕ ਹੀ ਅਸੀਂ ਜੇ ਪੋੜੀ ਹੈ ਉਸ ਨੂੰ ਵਿਚਾਰਦੇ ਆ ਅਰਥਾ ਸਮੇਤ ਸੋ ਕਿਤੇ ਨਾ ਕਿਤੇ ਅੱਜ ਕਰ ਰਹੇ ਆ ਕੱਲ ਕਰ ਰਹੇ ਆ ਤੇ ਕਿਤੇ ਨਾ ਕਿਤੇ ਸਾਡਾ ਮਨ ਉਰ ਵਿੱਚ ਮੰਨੇਗਾ ਤੇ ਉਹ ਸਾਨੂੰ ਫਾਇਦਾ ਦੇਗੀ ਸਾਡੇ ਅੰਦਰ ਜਿਹੜੀ ਸਟ्रेस ਜੋ ਹੈ ਉਹ ਸਭ ਘਟੇਗਾ ਜ਼ਿੰਦਗੀ ਜਿਹੜੀ ਹੈ ਬੜੀ ਪ ਭਾਵੇਂ ਭਾਜ ਦੂਰ ਦੀ ਜ਼ਿੰਦਗੀ ਹਮੇਸ਼ਾ ਬਣੀ ਰਹਿਣੀ ਹੈ ਅਸੀਂ ਪਿੱਛੇ ਨਹੀਂ ਜਾ ਸਕਦੇ ਹੁਣ ਪਰ ਔਰ ਇਹ ਅੰਦਰ ਇੱਕ ਬੈਲੈਂਸ ਜ਼ਰੂਰ ਬਣ ਜੇਗਾ ਗੁਰਬਾਣੀ ਸਾਨੂੰ ਬਹੁਤ ਜ਼ਿਆਦਾ ਸਾਨੂੰ ਅੰਦਰ ਦੀ ਸ਼ਾਂਤੀ ਦੇ ਸੋ ਗੈਨੀ ਜੀ ਆਪਾਂ ਇਸ ਨੂੰ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਕੋਈ ਵੀ ਸਬਜੈਕਟ ਪੜ੍ਹਦੇ ਹਾਂ ਚਾਹੇ ਉਹ ਮੈਥਸ ਹੋਵੇ ਸਾਇੰਸ ਹੋਵੇ ਚਾਹੇ ਉਹ ਫਿਲਾਸਫੀ ਹੋਵੇ ਐਨੀਥਿੰਗ ਜੋ ਵੀ ਉਹ ਸਬਜੈਕਟ ਹੁੰਦੇ ਹਨ ਉਹਨੂੰ ਅਸੀਂ ਪੜ੍ਹਦੇ ਹਾਂ ਫਿਰ ਅਸੀਂ ਐਗਜ਼ਾਮ ਦੇ ਕੇ ਆਉਂਦੇ ਹਾਂ ਥੈਟ ਮੀਨ ਕਿ ਵੀ ਹੈਵ ਵੀ ਹੈਵ ਨੋਲੇਜ ਅਬਾਊਟ ਦਟ ਸਬਜੈਕਟ ਐਂਡ ਦੈਨ ਵੀ ਆਰ ਗੋਇੰਗ ਟੂ ਐਗਜ਼ਾਮੀਨੇਸ਼ਨ ਹਾਲ ਤੇ ਇਸ ਨੂੰ ਵੀ ਅਸੀਂ ਜੋੜ ਸਕਦੇ ਆ ਕਿ ਇਹ ਵੀ ਇੱਕ ਐਗਜ਼ਾਮੀਨੇਸ਼ਨ ਹੀ ਹੈ ਕਿ ਸਾਨੂੰ ਪਹਿਲਾਂ ਜ਼ਰੂਰ ਪੜ੍ਹਨਾ ਚਾਹੀਦਾ ਔਰ ਪੜ੍ਹ ਕੇ ਉਹਨੂੰ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੀਦਾ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਬਿਲਕੁਲ ਇਹ ਅਹਿਮ ਸਵਾਲ ਬਣਦਾ ਹੈ ਤੇ ਹੋਰ ਵੀ ਮੇਰੇ ਜ਼ਿਹਨ ਦੇ ਵਿੱਚ ਕਈ ਅਹਿਮ ਸਵਾਲ ਚੱਲ ਰਹੇ ਨੇ ਜਿਨ੍ਹਾਂ ਦਾ ਮੈਂ ਜਰੂਰ ਇਹਨਾਂ ਸਵਾਲਾਂ ਦਾ ਜਵਾਬ ਲਵਾਂਗਾ ਗਿਆਨੀ ਜੀ ਤੋਂ ਬਹੁਤ ਚੰਗਾ ਲੱਗ ਰਿਹਾ ਨਾਲ ਗੱਲ ਕਰਨਾ ਸੋ ਮੈਂ ਹੋਰ ਵਿੱਚ ਤੁਹਾਨੂੰ ਸਮਾਂ ਮੈਨੂੰ ਨਾ ਥੋੜਾ ਜਿਹਾ ਬ੍ਰੇਕ ਲਈ ਰੋਕ ਰਿਹਾ ਕਮਰਸ਼ੀਅਲ ਬ੍ਰੇਕ ਲਈ ਮੈਂ ਉਸ ਤੋਂ ਬਾਅਦ ਜਰੂਰ ਆ ਕੇ ਗਿਆਨੀ ਜੀ ਤੁਹਾਡੇ ਤੋਂ ਜਿਹੜੇ ਵਿਚਾਰ ਹੋ ਜਰੂਰ ਲਵਾਂਗਾ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਮੈਂ ਵਾਪਸ ਆ ਰਿਹਾ ਹਾਂ ਔਰ ਤੁਸੀਂ ਕਿੱਥੇ ਨਾ ਜਾਇਓ ਔਰ ਟੀਵੀ ਸੈਟਸ ਨੂੰ ਕਿੱਥੇ ਵੀ ਚੇਂਜ छोटे जो वक्फे तो बात जल्दी आ रहे हैं, ना जाए कौन को कौन को कौन को मंदिर ਇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਹਾਡੇ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਰੂਹਾਨੀਅਤ ਗੱਲਾਂ ਦੇ ਵਿੱਚ ਮੇਰੇ ਨਾਲ ਅੱਜ ਰੂਬਰੂ ਨੇ ਮੇਰੇ ਨਾਲ ਮੁਖਾਤਬ ਨੇ ਅੱਜ ਗਿਆਨੀ ਕੁਲਦੀਪ ਸਿੰਘ ਜੀ ਹੈਡ ਗਰੰਥੀ ਗੁਰਨਾਨਕ ਦਰਬਾਰ ਹਿਕਸਵੈਲ ਗੱਲ ਕਰ ਰਹੇ ਸੀਗੇ ਇਨਸਾਨੀਅਤ ਦੇ ਬਾਰੇ ਗੱਲ ਕਰ ਰਹੇ ਸੀਗੇ ਕਿ ਗੁਰੂ ਗ੍ਰੰਥ ਸਾਹਿਬ ਸਾਨੂੰ ਕੀ ਸਿਖਾਉਂਦਾ ਗੱਲ ਕਰ ਰਹੇ ਸੀਗੇ ਤੁਸੀਂ ਆਪਣੀ ਲਾਈਫ ਦੇ ਵਿੱਚ ਜੇਕਰ ਤੁਹਾਨੂੰ ਕੋਈ ਸਟ्रेस ਹੈ ਕੋਈ ਡਿਸੀਜ਼ ਆ ਜਾਂ ਫਿਰ ਤੁਸੀਂ ਫਾਈਨੈਂਸ਼ੀਅਲ ਪ੍ਰੋਗਰਾਮ ਨਾਲ ਪ੍ਰੋਬਲਮ ਤੁਹਾਨੂੰ ਲਾਈਫ ਦੇ ਵਿੱਚ ਹੈਗੀ ਆ ਤੁਸੀਂ ਕਿਵੇਂ ਨਿਪਟਾਰਾ ਪਾ ਸਕਦੇ ਹੋ ਤੁਸੀਂ ਬਾਣੀ ਨਾਲ ਜੁੜ ਕੇ ਪਾਠ ਨਾਲ ਜੁੜ ਕੇ ਤੁਸੀਂ ਗੁਰੂ ਦਾ ਨਾਮ ਧਿਆ ਕੇ ਕਿਵੇਂ ਤੁਸੀਂ ਇਹਨਾਂ ਸਾਰੀ ਚੀਜ਼ਾਂ ਤੋਂ ਨਿਪਟਾਰਾ ਪਾ ਸਕਦੇ ਹੋ ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਮਾਨਸ ਕੀ ਜਾਤ ਸਬੈ ਇੱਕ ਹੈ ਪਹਿਚਾਨ ਬੋ ਯਾਨੀ ਕਿ ਸਾਨੂੰ ਸਿਖਾਉਂਦਾ ਹੈ ਕਿ ਅਸੀਂ ਐਂਡ ਆਫ ਦਾ ਡੇ ਹੈ ਤਾਂ ਇਨਸਾਨੀ ਕਿਉਂਕਿ ਕੋਈ ਵੀ ਧਰਮ ਜਿਹੜਾ ਉਹ ਉੱਚਾ ਨਹੀਂ ਹੈ ਉੱਚਾ ਹੈ ਤੇ ਇਨਸਾਨੀਅਤ ਉੱਚੀ ਹੈ ਤੇ ਇਨਸਾਨੀਅਤ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿਵੇਂ ਜੋੜਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਇਨਸਾਨੀਅਤ ਕਿਵੇਂ ਸਿਖਾਉਂਦੀ ਹੈ ਉਸੇ ਬਾਰੇ ਕਰ ਰਹੇ ਆ ਵਿਚਾਰ ਵਟਾਂਦਰਾ ਯਾਨੀ ਜੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਜਾਂ ਤੋਂ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਯੂ ਵਾਂਟ ਯੂ ਵਾਂਟ ਟੂ ਟੈਲ ਸਮਥਿੰਗ ਤੁਸੀਂ ਕੁਝ ਦੱਸਣਾ ਚਾਹੁੰਦੇ ਸੀਗੇ ਉਹ ਮੈਂ ਦੱਸਣਾ ਚਾਹੁੰਦਾ ਸੀ ਜੋ ਗੁਰਬਾਣੀ ਹੈ ਅਸੀਂ ਜੋ ਸ਼ਬਦ ਨੇ ਉਹਦੀ ਵਿਚਾਰ ਕਰਨੀ ਹੈ ਕਿਉਂਕਿ ਇੰਨੇ ਵੱਡੇ ਦਰਬਾਰ ਹਾਲ ਸਾਡੇ ਗੁਰਦੁਆਰਾ ਸਾਹਿਬ ਬਣੇ ਹੁੰਦੇ ਨੇ ਉਹ ਇਸ ਵਾਸਤੇ ਬਣੇ ਹੁੰਦੇ ਨੇ ਆਪਾਂ ਰਲ ਮਿਲ ਕੇ ਬੈਠ ਸਕੀਏ ਔਰ ਉਥੋਂ ਅਸੀਂ ਸਮਾਜਿਕ ਗੱਲ ਵੀ ਕਰਨੀ ਹੈ ਰਾਜਨੀਤਿਕ ਗੱਲ ਵੀ ਜਰੂਰ ਕਰਨੀ ਹੈ ਪਰ ਧਰਮ ਦੇ ਅਧੀਨ ਰਹਿ ਕੇ ਕਰਨੀ ਹੈ ਭਾਜੀ ਨੇ ਸੰਗਤ DNA ਦਿੱਤਾ ਸੰਗਤ ਦੇ ਸੰਗਤ ਨੇ ਮਿਲ ਕੇ ਆਰਥਿਕ ਤੌਰ ਤੇ ਵੀ ਜਿਹੜੀ ਗੱਲ ਕਰਨੀ ਹੈ ਸਮਾਜਿਕ ਤੌਰ ਤੇ ਵੀ ਗੱਲ ਕਰਨੀ ਹੈ ਰਾਜਨੀਤਿਕ ਤੌਰ ਤੇ ਗੱਲ ਵੀ ਅਸੀਂ ਗੁਰਦੁਆਰਾ ਸਾਹਿਬ ਤੋਂ ਕਰਨੀ ਹੈ ਔਰ ਜੋ ਬਾਣੀ ਹੈ ਉਸ ਨੂੰ ਆਪਾਂ ਵਿਚਾਰਨਾ ਹੈ ਅੱਜ ਕੀਰਤਨ ਦਰਬਾਰ ਬੜੇ ਹੋ ਰਹੇ ਨੇ ਔਰ ਆ ਜਿਹੜਾ ਲਾਹਾ ਜਰੂਰ ਹੈ ਪਰ ਮੈਂ ਇਹ ਕੰਨਾ ਵੀ ਆਪਾਂ ਉਹਤੇ ਕਿਤੇ ਨਾ ਕਿਤੇ ਬਹੁਤ ਵੱਡਾ ਹਿੱਸਾ ਜੋ ਸੰਗਤ ਹੈ ਉਹ ਕਾਂਗਰਸ ਦਾ ਹੀ ਹਿੱਸਮਤ ਹੈ ਕੋਈ ਅੱਛਾ ਕੀਤਨੀ ਸਿੰਘ ਆਵਾਜ਼ ਅੱਛੀ ਹੈ ਆਵਾਜ਼ ਜੋ ਵਜਾਵ ਜਾ ਰਿਹਾ ਹੈ ਬਰੇਸੋ ਨੇ ਪੀਸ ਵਜਾ ਰਿਹਾ ਹੈ ਤਬਲਜੀ ਅੱਛਾ ਨੇ ਉਹਨਾਂ ਨੇ ਮਿਹਨਤ ਕੀਤੀ ਹੋਈ ਹੈ ਤਬਲਾ ਸੁਣਾਵ ਜਾ ਰਹੇ ਨੇ ਕਾਂਗਰਸ ਤੱਕ ਅਸੀਂ ਜਾ ਰਾ ਹਾਂ ਸਿਮਤਾਂ ਤੇ ਉਸ ਤੋਂ ਇਲਾਵਾ ਅੱਜ ਜਿੱਥੇ ਅਸੀਂ ਗੁਰਬਾਣੀ ਕੀਰਤਨ ਜਰੂਰ ਸ਼ਰਵਣ ਕਰਨਾ ਹੈ ਮੈਂ ਜ਼ਮੀ ਮੁਕਾਲਫਤ ਨਹੀਂ ਕਰਦਾ ਪਰ ਮੇਰਾ ਖਿਆਲ ਹੈ ਵੀ ਅੱਜ ਜੋ ਕਥਾ ਦਰਬਾਰ ਵੀ ਹੋਣੀ ਚਾਹੀਦੀ ਨੇ ਗੁਰਬਾਣੀ ਦੀ ਕਥਾ ਜਿਵੇਂ ਕੋਈ 6-7 ਘੰਟੇ ਦਾ ਪ੍ਰੋਗਰਾਮ ਅਸੀਂ ਕੀਰਤਨ ਦਰਬਾਰ ਕਰਾਉਨੇ ਆ ਹਰੇਕ ਕੀਰਤਨ ਤੋਂ ਬਾਅਦ ਇੱਕ ਕਥਾਕਾਰ ਬਿਠਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਕੇਵਲ ਸੁਣ ਸੁਣ ਕੇ ਕੰਨ ਰਸ ਤੱਕ ਸੀਮਤ ਨਾ ਰਹੀਏ ਜੋ ਗੁਰਬਾਣੀ ਸਾਨੂੰ ਇਤਨਾ ਜਾਰਾ ਖੁਲਾਸਾ ਕਰਕੇ ਦਿਖਾਉਂਦੀ ਹੈ ਦੱਸਦੀ ਹੈ ਉਹ ਸਾਨੂੰ ਸਮਾਜ ਵਿੱਚ ਜਿਣਾ ਸਿਖਾਉਂਦੀ ਹੈ ਜੇ ਅਸੀਂ ਬਾਣੀ ਨੂੰ ਸਮਝ ਲਿਆ ਨਾ ਅਰਥ ਸਮਝ ਲਏ ਅਸੀਂ ਸਮਾਜ ਦੇ ਲਈ ਕੁਝ ਚੰਗਾ ਕਰ ਸਕਾਂਗੇ ਜਿਵੇਂ ਗੁਰੂ ਸਾਹਿਬ ਜੀ ਨੇ ਕੀਤਾ ਹੈ ਤੇ ਸਾਨੂੰ ਸਮਾਜ ਦੇ ਨਾਲ ਜੋੜਿਆ ਹੈ ਉਹਨਾਂ ਨੇ ਇਹ ਹੀ ਆਖਿਆ ਕਿ ਇੱਥੇ ਰਹਿ ਕੇ ਹੀ ਸੰਸਾਰ ਦੇ ਵਿੱਚ ਉਸ ਨਿਰੰਕਾਰ ਦੀ ਪ੍ਰਾਪਤੀ ਕਰਨੀ ਹੈ ਸੋ ਇਹ ਬਹੁਤ ਜ਼ਰੂਰੀ ਹੈ ਤੇ ਨਿਰੰਕਾਰ ਦੀ ਪ੍ਰਾਪਤੀ ਮੈਂ ਕਈ ਲੋਕਾਂ ਤੋਂ ਐ ਵੀ ਸੁਣਿਆ ਹੈ ਕਿ ਜਿਵੇਂ ਰੱਬਤਾ ਹੈ ਵੀ ਡੈਫੀਨਿਟਲੀ ਬਲੀਵ ਇਨ ਰੱਬ ਬਟ ਐਂਡ ਆਫ ਦਾ ਡੇ ਸਾਡੇ ਰੱਬ ਜੋ ਕਿਹਾ ਜਾਂਦਾ ਕਿ ਸਾਡੇ ਮਾਤਾ ਪਿਤਾ ਤੇ ਅੱਜ ਕੱਲ ਮੈਂ ਕਈ ਅਜਿਹੇ ਵੀ ਦੇਖੇ ਨੇ ਜੋ ਕਿ ਆਪਣੇ ਮਾਤਾ ਪਿਤਾ ਦੀ ਸੇਵਾ ਨਹੀਂ ਕਰਦੇ ਮਾਤਾ ਪਿਤਾ ਨੂੰ ਉਹਨਾਂ ਨੂੰ ਬੋਝ ਲੱਗਦੇ ਆ ਤੇ ਉਹਦੇ ਲਈ ਤੁਸੀਂ ਤੁਹਾਡੇ ਕੋਈ ਵਿਚਾਰ ਤੁਹਾਡੇ ਸੁੰਨਾ ਚਾਹਾਂਗਾ ਜਰੂਰ ਮਾਤਾ ਪਿਤਾ ਜਿਸ ਤੋਂ ਸਾਡਾ ਜਨਮ ਹੋਇਆ ਹੈ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਪਰਮਾਤਮਾ ਹੀ ਹੈ ਪਰ ਪਰਮਾਤਮਾ ਨੇ ਜ਼ਰੀਆ ਬਣਾਇਆ ਹੈ ਮਾਤਾ ਪਿਤਾ ਮਾਤਾ ਪਿਤਾ ਦੇ ذریعے ਹੀ ਉਹ ਪਰਮਾਤਮਾ ਸਾਨੂੰ ਸਮਾਜ ਤੇ ਇਸ ਤਰ੍ਹਾਂ ਦੇ ਬਾਬਜੇ ਬੋਝ ਲੱਗਦੇ ਆ ਅੱਜ ਦੀ ਡੇਟ ਚ ਜਨਰੇਸ਼ਨ ਨੂੰ ਬੋਝ ਲੱਗਦਾ ਮਾਤਾ ਪਿਤਾ ਨੂੰ ਲੱਗਦਾ ਕਿ ਅਸੀਂ ਅੰਦਰ ਨਾਲ ਨਹੀਂ ਰਹਿ ਸਕਦੇ ਆਈ ਹੈਵ ਸੀਨ ਦੀ ਪ੍ਰੈਕਟੀਕਲ ਐਗਜ਼ਾਮਪਲਸ ਇਨ ਅਮਰੀਕਾ ਕੈਨੇਡਾ ਇੰਡੀਆ ਸੋ ਇਹੀ ਕਾਰਨ ਹੈ ਕਿ ਅੱਜ ਜੂ ਅਸੀਂ ਇੰਨੀ ਦੂਰ ਭਾਈ ਨਸ਼ਟ ਦੀ ਦੁਨੀਆ ਵਿੱਚ ਜਿ ਰਹੇ ਆ ਨਾ ਸਾਨੂੰ ਵਾਕਿਆ ਮਾਤਾ ਪਿਤਾ ਬੋਝ ਲੱਗਦੇ ਨੇ ਸਾਨੂੰ ਲੱਗਦਾ ਵੀ ਉਹਨਾਂ ਦੀ ਸੋਚ ਸਾਡੇ ਨਾਲ ਮਿਲ ਨਹੀਂ ਰਹੀ ਪਰ ਇਹ ਇਹਨਾਂ ਨੂੰ ਭੁੱਲ ਜਾਂਦਾ ਕਿ ਉਹ ਮਾਤਾ ਪਿਤਾ ਉਹੀ ਨੇ ਜਿਨ੍ਹਾਂ ਨੂੰ ਅਸੀਂ ਬੋਲ ਨਹੀਂ ਸਕਦੇ ਉਹ ਸਾਡੀ ਗੱਲ ਨੂੰ ਸਮਝ ਲੈਂਦੇ ਸਨ ਤੇ ਉਹ ਸਾਨੂੰ ਲੋਰੀਆਂ ਦੇ ਕੇ ਜਿੱਥੇ ਆਪ ਉਹ ਆਪਣੀਆਂ ਤੰਗੀਆਂ ਕੱਟ ਕੇ ਸਾਨੂੰ ਇੰਨੇ ਸੁਖ-ਸਹੂਲਤਾਂ ਦੇ ਕੇ ਉਹਨਾਂ ਨੇ ਇੱਥੇ ਤੱਕ ਪਹੁੰਚਾਇਆ ਸੋ ਗੁਰਬਾਣੀ ਅਨੁਸਾਰ ਤੇ ਸਾਨੂੰ ਜੋ ਹੈ ਵੱਡਿਆਂ ਦਾ ਸਤਿਕਾਰ ਕਰਨਾ ਫਿਰ ਮਾਤਾ ਪਿਤਾ ਦਾ ਸਤਿਕਾਰ ਕਰਨਾ ਤੇ ਬਹੁਤ ਜ਼ਰੂਰੀ ਹੈ ਜਿਹੜੇ ਕਿ ਪ੍ਰਮਾਤਮਾ ਦਾ ਰੂਪ ਨੇ ਭਾਈ ਮਨੁੱਖ ਕਬਿਤ ਚੇਤੇ ਆ ਗਿਆ ਮਾਪਿਓ ਪਰ ਹਰ ਸੁਨੇ ਬੇਦ ਭੇਦ ਨਾ ਜਾਣੇ ਕਥਾ ਕਹਾਣੀ ਮਾਪਿਓ ਪਰ ਹਰਸ ਕਰੇ ਦਾਨ ਬੇਈਮਾਨ ਅਗਿਆਨ ਪ੍ਰਾਣੀ ਉਹ ਸਾਰਾ ਜਿਹੜਾ ਹੈ ਨਾ ਕਬਿਤ ਦੇ ਅੰਦਰ ਉਹਨਾਂ ਨੇ ਮਾਤਾ ਪਿਤਾ ਦੀ ਸੇਵਾ ਦੀ ਗੱਲ ਕੀਤੀ ਹੈ ਜੇ ਮਾਤਾ ਪਿਤਾ ਨੂੰ ਛੱਡ ਕੇ ਜੇ ਕੋਈ ਕਵੇ ਤਾਂ ਮੈਂ ਤਾਂ ਕਥਾ ਕੀਰਤਨ ਸੁਣ ਚੱਲਿਆ ਤੇ ਪਿੱਛੇ ਮਾਤਾ ਪਿਤਾ ਨੂੰ ਲੋੜ ਹੋਵੇ ਦਵਾਈ ਦੀ ਜਾਂ ਉਹਨਾਂ ਦੇ ਆਸਰੇ ਦੀ ਉਹਨੂੰ ਇਕੱਲਿਆਂ ਨੂੰ ਛੱਡ ਕੇ ਕੋਈ ਕਿਤੇ ਜਾ ਰਿਹਾ ਹੈ ਤੇ ਉਹ ਕਿਤੇ ਥਾਂ ਹੀ ਨਹੀਂ ਉਹ ਉਹਨੂੰ ਮੂਰਖ ਵੀ ਆਖਿਆ ਹੈ ਉਹਨੂੰ ਪਖੰਡ ਵੀ ਆਖਿਆ ਹੈ ਬਹੁਤ ਸੋਹਣਾ ਕਬਿੱਤ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਸੋ ਸਾਨੂੰ ਮਾਤਾ ਪਿਤਾ ਦੀ ਸੇਵਾ ਕਰਦੇ ਆ ਤੇ ਉਹਦੇ ਵਿੱਚ ਜਿਸ ਨੂੰ ਪ੍ਰਮਾਤਮਾ ਦਿਸਦਾ ਹੈ ਤੇ ਪ੍ਰਮਾਤਮਾ ਹਾਜ਼ਰ ਨਾਲ ਹੈ ਕੀ ਅਸੀਂ ਉਹਨਾਂ ਨੂੰ ਲਾਈਵ ਗੋਡ ਕਹਿ ਸਕਦੇ ਆ ਜੀਂਦੇ ਜਾਨਦੇ ਪ੍ਰਮਾਤਮਾ ਕਹਿ ਸਕਦੇ ਆ ਬਿਲਕੁਲ ਬਿਲਕੁਲ ਕਿਉਂਕਿ ਸਬਮਾਨੇ ਸਾਨੂੰ ਇਹੀ ਆਖਿਆ ਬਾਣੀ ਦੇ ਅੰਦਰ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹੋ ਪੁਕਾਰ ਗੁਰ ਤੇਗ ਬਹਾਦਰ ਸਾਹਿਬ ਮਹਾਰਾਜੀ ਹਰੇਕ ਹਿਰਦੇ ਦੇ ਅੰਦਰ ਪ੍ਰਮਾਤਮਾ ਹੈ ਜੇ ਪ੍ਰਮਾਤਮਾ ਹਰੇਕ ਦੇ ਹਿਰਦੇ ਵਿੱਚ ਹੈ ਤੇ ਪਹਿਲੀ ਗੱਲ ਤੇ ਆਪਣੇ ਅੰਦਰ ਪਹਿਲਾਂ ਪਛਾਣਨਾ ਪਵੇਗਾ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਹੈ ਇਸ ਗੱਲ ਨੂੰ ਪਹਿਲਾਂ ਪਛਾਣਨਾ ਪਵੇਗਾ ਪਛਾਣ ਸੀ ਤਾਂ ਸਕਾਂਗੇ ਜਿਸ ਅਸੀਂ ਬਾਣੀ ਦੇ ਨਾਲ ਜੁੜੇ ਹਾਂ ਜਿਸ ਸਾਨੂੰ ਉਸ ਦਾ ਗਿਆਨ ਹੈ ਗਿਆਨ ਬਾਣੀ ਦੇ ਰਹੀ ਹੈ ਕਿ ਹਰੇਕ ਦੇ ਹਿਰਦੇ ਅੰਦਰ ਪ੍ਰਮਾਤਮਾ ਹੈ ਕਿਉਂਕਿ ਕਾਹਿਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋ ਹੀ ਸੰਸਮਾਈ ਪ੍ਰਮਾਤਮਾ ਕਿਤੇ ਬਾਹਰ ਨਹੀਂ ਨਾ ਜੰਗਲਾਂ ਵਿੱਚ ਨਾ ਕਿਤੇ ਹੋਰ ਬਾਹਰ ਦੂਧ ਰਿੱਡੇ ਨਾ ਤੀਰਥਾਂ ਤੇ ਪ੍ਰਮਾਤਮਾ ਹਿਰਦੇ ਦੇ ਅੰਦਰ ਹੈ ਉੱਥੇ ਪਹਿਚਾਣਨਾ ਪਵੇਗਾ ਜਦੋਂ ਉਹਨੂੰ ਪਹਿਚਾਣਾਂਗੇ ਫਿਰ ਅਸੀਂ ਮਾਤਾ ਪਿਤਾ 'ਚ ਵੀ ਦੇਖਾਂਗੇ ਆਪਣੇ ਪਤੀ ਜਾਂ ਪਤਨੀ 'ਚ ਵੀ ਦੇਖਾਂਗੇ ਬੱਚਿਆਂ 'ਚ ਵੀ ਦੇਖਾਂਗੇ ਰਿਸ਼ਤੇਦਾਰਾਂ 'ਚ ਵੀ ਸਮਾਜ ਦੇ ਹਰੇਕ ਬੰਦੇ 'ੰਦਰ ਸਾਨੂੰ ਪ੍ਰਮਾਤਮਾ ਦਿਸੇਗਾ ਫਿਰ ਨਾ ਸਾਡਾ ਕੋਈ ਦੁਸ਼ਮਣ ਹੈ ਨਾ ਕੋਈ ਮਿੱਤਰ ਹੈ ਸਾਨੂੰ ਸਭ ਨੂੰ ਇਹੀ ਆਖਿਆ ਹੈ ਕਿ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਕੋਈ ਸੇਵਾ ਗੁਰਸਈਆਂ ਕੋਈ ਅੱਲਾ ਪਰਮਾਤਮਾ ਦਾ ਨਾਮ ਕੋਈ ਕਿਸੇ ਤਰ੍ਹਾਂ ਲੈਂਦਾ ਲੈਂਦਾ ਹੈ ਮੁਬਾਰਕ ਹੈ ਪਰ ਹੈ ਸਾਰੇ ਉਸ ਪਰਮਾਤਮਾ ਦੇ ਬੱਚੇ ਜਿਵੇਂ ওই ਗੱਲ ਆ ਜਾਂਦੀ ਹੈ ਉਹ ਅੱਲਾ ਨੂਰ ਪਾਇਆ ਪਵਤ ਅੱਲਾ ਨੂਰ ਪਾਇਆ ਕੁਦਰਤ ਕੇ ਸਬੰਧੇ ਏਕ ਨੂਰ ਤੇ ਸਭ ਜਗ ਉਪਜਿਆ ਕੋਨ ਭਲੇ ਕੋ ਮੰਦੇ ਇੱਕੋ ਨੂਰ ਤੋਂ ਪਰਮਾਤਮਾ ਦੇ ਨੂਰ ਤੋਂ ਸਾਰੇ ਇਹ ਸਾਰੇ ਅਸੀਂ ਪਰਮਾਤਮਾ ਦੀ ਅੰਸ਼ਾਂ ਤੇ ਉਸ ਪ੍ਰਮਾਤਮਾ ਜੇ ਅੰਸ਼ਾਂ ਤੇ ਸਾਡਾ ਪ੍ਰਮਾਤਮਾ ਹਿਰਦੇ ਦੇ ਅੰਦਰ ਹੈ ਸਾਨੂੰ ਪਹਿਚਾਨਣ ਦੀ ਲੋੜ ਹੈ ਗੁਰਗੋਬਿੰਦ ਸਿੰਘ ਮਹਾਰਾਜ ਦਾ ਇਹ ਬੜਾ ਸੋਹਣਾ ਬਜਨ ਹੈ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਸੋ ਉਹਨਾਂ ਨੇ ਸਾਨੂੰ ਤੇ ਹਮੇਸ਼ਾ ਹੀ ਸਮਾਜ ਦੇ ਨਾਲ ਜੋੜਿਆ ਹੈ ਸਾਰਿਆਂ ਨੂੰ ਇੱਕੋ ਬਰਾਬਰ ਇਕੁਐਲਟੀ ਦਿੱਤੀ ਹੈ ਤੇ ਅਸੀਂ ਜਦੋਂ ਅਸੀਂ ਬਾਣੀ ਨੂੰ ਇਸੇ ਤਰ੍ਹਾਂ ਸਮਝਾਂਗੇ ਜ਼ਰੂਰਤ ਹੈ ਕਿ ਬਾਣੀ ਨੂੰ ਅਸੀਂ ਬੈਠ ਕੇ ਸੁਣੀਏ ਵਿਚਾਰੀਏ ਤੇ ਕਥਾ ਦਰਵਾਜ਼ਾ ਜ਼ਰੂਰ ਹੋਣੀ ਚਾਹੀਦੇ ਨੇ ਪਰ ਉਹਦੇ ਵਿੱਚ ਚੰਗੇ ਬੁਲਾਰੇ ਹੋਣ ਚੰਗੇ ਕਥਾਕਾਰ ਹੋਣ ਜਿਨ੍ਹਾਂ ਨੂੰ ਬਾਣੀ ਦੀ ਅੱਛੀ ਨੌਲੇਜ ਹੋਵੇ ਨਹੀਂ ਤਾਂ ਆਪਣੇ ਆਪਣੇ ਵਿਚਾਰ ਕਿਸੇ ਦੇ ਹੋ ਸਕਦੇ ਨੇ ਜ਼ਰੂਰੀ ਨਹੀਂ ਕਿ ਉਹ ਚੰਗੀ ਗੱਲ ਕਰ ਸਕਣ ਗੁਰਬਾਣੀ ਦੀਆਂ ਪੰਕਤੀਆਂ ਲੈ ਕੇ ਕਈ ਵਾਰੀ ਕੋਈ ਬੰਦਾ ਇਸ ਤਰ੍ਹਾਂ ਵੀ ਉਹ ਚੰਗਾ ਖਰਾ ਨਹੀਂ ਉਤਰਦਾ ਜੋ ਅਰਥ ਸਹੀ ਹੋਣੇ ਚਾਹੀਦੇ ਨੇ ਉਹ ਹੀ ਆਪਾਂ ਕਰਕੇ ਉਹਨੂੰ ਸਮਝੀਏ ਫਿਰ ਬਾਣੀ ਨੂੰ ਜੂਸੀ ਆਪਣੇ ਜੀਵਨ ਵਿੱਚ ਢਾਲਾਂਗੇ ਤੇ ਅਸੀਂ ਜਿੱਤੇ ਸਮਾਜ ਲਈ ਚੰਗਾ ਕੰਮ ਕਰ ਸਕਦੇ ਆਂ ਦੇਸ਼ ਦੀ ਉਨਤੀ ਦੇ ਲਈ ਚੰਗਾ ਕਰ ਸਕਦੇ ਆਂ ਸਾਰੇ ਸੰਸਾਰ ਵਿਸ਼ਵ ਦੇ ਲਈ ਅਸੀਂ ਚੰਗਾ ਕਰ ਸਕਦੇ ਆਂ ਬਾਣੀ ਦਾ ਫਰਮਾਨ ਹੈ ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਸ ਦੁਆਰੇ ਉਬਰੇ ਤੇ ਤਹਲੇ ਉਬਾਰ ਸਹਿਬਾਂ ਨੇ ਬੜਾ ਸੋਹਣਾ ਸਾਨੂੰ ਆਖਿਆ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਸ੍ਰਿਸ਼ਟੀ ਇਹ ਲੋਕ ਬਚਦੇ ਨਹੀਂ ਤੇ ਬਚਾ ਬਚਾ ਲੈ ਪਰਮਾਤਮਾ ਉਹ ਇੱਕੋ ਹੀ ਤਰੀਕਾ ਕਿ ਬਾਣੀ ਦੇ ਨਾਲ ਜੁੜ ਜਾਈਏ ਨਾਮ ਦੇ ਨਾਲ ਜੁੜ ਜਾਈਏ ਤੇ ਨਾਮ ਦੇ ਜੁੜਨ ਦੇ ਲਈ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਬੈਠ ਕੇ 2 2.5 ਘੰਟੇ ਬੈਠਣਾ ਹੈ ਜ਼ਰੂਰੀ ਜਿੰਨਾ ਟਾਈਮ ਗੁਜ਼ਾਰੇ ਬੈਠੇ ਜੋ ਸਾਰਾ ਦਿਨ ਅਸੀਂ ਕਾਰ ਵਿਹਾਰ ਕਰਨਾ ਹੈ ਔਰ ਵੀ ਸਾਨੂੰ ਪਰਮਾਤਮਾ ਚੇਤੇ ਰਹੇ ਬਟ ਗਿਆਨੀ ਜੀ ਮੈਂ ਇੱਕ ਕਲ ਹੋਰ ਜ਼ਿਆਦਾ ਦੇਖੀ ਹੈ ਮੈਂ ਨਾ ਨਹੀਂ ਕਿਸੇ ਦਾ ਲੈਣਾ ਚਾਹੁੰਦਾ ਬਟ ਆਈ ਹੈਵ ਸੀਨ ਕਿ ਪੰਜ ਆਮ ਤਾਂ ਇਹ ਨਾਮ ਕਰਦੇ ਨੇ ਔਰ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ ਨੇ ਔਰ ਜਾ ਕੇ ਵਿਚਾਰਾ ਨੂੰ ਸੁਣਦੇ ਵੀ ਨੇ ਬਟ हैव ਸੀਡ ਦੇ ਆ ਡੂਇੰਗ ਰੋਂਗ ਥਿੰਗਸ ਇਨ देयर ਲਾਈਫ ਠੱਗੀ ਮਾਰ ਰਹੇ ਨੇ ਲੋਕਾਂ ਨਾਲ ਔਰ ਕਈ ਅਜੇ ਵੀ ਕੇਸ ਸਾਹਮਣੇ ਆ ਚੁੱਕੇ ਨੇ ਕਿ ਦੇ ਆ ਡੂਇੰਗ ਬੈਡ ਥਿੰਗਸ ਤੇ ਉਹਨਾਂ ਲਈ ਤੁਹਾਡੇ ਕੀ ਵਿਚਾਰ ਨੇ ਦੇਖੋ ਜੋ ਕਰਮ ਕਰ ਰਹੇ ਨੇ ਅੱਛਾ ਕਰਦੇ ਨੇ ਬਾਣੀ ਲਈ ਉਹ ਟਾਈਮ ਕਰਦੇ ਨਹੀਂ ਗੁਰਦੁਆਰੇ ਆਉਂਦੇ ਨਹੀਂ ਕਰਮ ਅੱਛਾ ਹੈ ਪ੍ਰੈਕਟੀਕਲ ਲਾਈਫ ਦੇ ਵਿੱਚ ਦੈਨੋਟ ਡੂਇੰਗ ਗੁੱਡ ਪਰ ਉਹ ਨਹੀਂ ਜੇ ਉਹ ਆ ਰਹੇ ਤਾਂ ਕਿੰਨੇ ਕਿਤੇ ਸਾਡੇ ਹੀ ਮਨ ਆ ਜਿਹੜਾ ਇਹਨਾਂ ਦੌੜ ਰਿਹਾ ਹੈ ਪ੍ਰੈਕਟੀਕਲ ਲਾਈਫ ਦੇ ਅੰਦਰ ਇਸ ਤਰ੍ਹਾਂ ਦੀਆਂ ਉਦਾਹਰਨਾਂ ਸਾਨੂੰ ਮਿਲਦੀਆਂ ਨਹੀਂ ਪਰ ਐਸੇ ਗੁਰਮਖ ਵੀ ਨੇ ਸੱਚਾਈ ਹਮੇਸ਼ਾ ਥੋੜੀ ਹੁੰਦੀ ਹੈ ਬੁਰਾਈ ਹਮੇਸ਼ਾ ਜ਼ਿਆਦਾ ਹੁੰਦੀ ਹੈ ਸੱਚੇ ਲੋਕ ਵੀ ਘੱਟ ਹੁੰਦੇ ਨੇ ਬੁਰੇ ਲੋਕ ਜ਼ਿਆਦਾ ਹੁੰਦੇ ਨੇ ਗੁਰਗੋਬਿੰਦ ਸਿੰਘ ਮਹਾਰਾਜ ਸਨ ਉਹਨਾਂ ਦੇ ਮੁਕਾਬਲੇ ਤੇ ਰੰਗਦੇਵ ਉਸ ਤੋਂ ਪਹਿਲਾਂ ਹੋ ਸਾਰੇ ਜਿਹੜੇ ਸਨ ਜਿਹੜੇ ਧਰਮ ਨੂੰ ਨਾਸ਼ ਕਰਨ ਵਾਲੇ ਤਰਨ ਬਚਾਉਣ ਵਾਲੇ ਥੋੜੇ ਹੁੰਦੇ ਨੇ ਧਰਮ ਦਾ ਨਾਸ਼ ਕਰਨ ਵਾਲੇ ਲੋਕਾਈ ਨੂੰ ਖਤਮ ਕਰਨ ਵਾਲੇ ਜ਼ੁਲਮ ਕਰਨ ਵਾਲੇ ਲੋਕ ਹਮੇਸ਼ਾ ਜਾ ਰਹੇ ਰਹੇ ਨੇ ਜਿਹੜਾ ਹੈ ਸਚਾਈ ਤੇ ਪੈਰਾ ਦੇਣ ਵਾਲੇ ਹਮੇਸ਼ਾ ਥੋੜੇ ਹੁੰਦੇ ਨੇ ਪਰ ਉਹਨਾਂ ਥੋੜਿਆਂ ਤੇ ਜੋ ਹੈ ਸਚਾਈ ਚਲਦੀ ਹੈ ਠੀਕ ਹੈ ਤੁਸੀਂ ਜੋ ਕਿ ਹੈ ਬਈ ਆਮ ਤੌਰ ਤੇ ਜੋ ਬਹੁਤੀ ਗਿਣਤੀ ਹੈ ਦੇਖਣ ਚ ਇਹੀ ਹੁੰਦੀ ਹੈ ਬਈ ਗੁਰਦੁਆਰੇ ਦਾ ਵੀ ਸਾਰਾ ਉਹ ਕੀਰਤਨ ਸੁਣਦੇ ਨੇ ਸੇਵਾਵਾਂ ਵੀ ਕਰਦੇ ਨੇ ਸਮਾਜ ਲਈ ਵੀ ਸਪਿਰਚੁਅਲ ਜਿਹੜੇ ਲੀਡਰਸ ਨੇ ਜਿਹੜੇ ਸਪਿਰਚੁਅਲ ਗੱਲਾਂ ਕਰਦੇ ਨੇ ਜਿਹੜੀ ਆ ਨਮ ਗੱਲਾਂ ਕਰਦੇ ਨੇ ਹਨਾ ਮੈਂ ਆਪਾ ਮੀਡੀਆ ਦੇ ਵਿੱਚ ਵੀ ਕਈ ਵਾਰ ਦੇਖ ਚੁੱਕਿਆ ਕਿ ਉਹਨਾਂ ਦੇ ਜਿਹੜੇ ਚਿਹਰੇ ਨੇ ਉਹ ਬੇਨਕਾਬ ਹੁੰਦੇ ਆ ਸਾਹਮਣੇ ਆਉਂਦੇ ਆ ਐਂਡ ਆਫ ਦਾ ਡੇ ਤੇ ਉਹ ਵੀ ਲੋਕਾਂ ਨੂੰ ਸਾਈਕੋਲੋਜੀਕਲੀ ਆਪਣੇ ਗੱਲਾਂ ਨਾਲ ਹਨਾ ਆਪਣੀ ਚੀਜ਼ਾਂ ਨਾਲ ਲੇਕਿਨ ਐਂਡ ਆਫ ਦਾ ਡੇ ਉਹ ਆਪਣੀ ਲਾਈਫ ਦੇ ਵਿੱਚ ਇੰਪਲੀਮੈਂਟ ਨਹੀਂ ਕਰਦੇ ਨਾ ਡੂਇੰਗ ਦਾ ਥਿੰਗਸ ਆਪਣੀ ਲਾਈਫ ਦੇ ਵਿੱਚ ਤੋਂ ਉਹ ਉਹਦੇ ਲਈ ਮੈਂ ਚਾਹਨਾ ਕਿ ਕੁਝ ਵਿਚਾਰ ਤੁਸੀਂ ਉਹਨਾਂ ਨੂੰ ਜਰੂਰ ਦਿਓ ਜੋ ਤੁਹਾਨੂੰ ਇਸ ਟਾਈਮ ਅੱਜ ਇਹ ਮਾਨਸਿਕਤਾ ਦੇ ਲੋਕ ਵੀ ਦੇਖ ਰਹੇ ਹੋਣ ਤੇ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਕਿ ਯਾ ਇਹ ਮੈਂ ਆਪਣੀ ਲਾਈਫ ਦੇ ਵਿੱਚ ਕਰਦਾ ਤਾਂ ਆਈ ਸ਼ੁੱਡ ਚੇਂਜ ਮਾਈ ਲਾਈਫ ਗੁਰਬਾਣੀ ਅਨੁਸਾਰ ਗੁਰਬਾਣੀ ਤਾਂ ਸਾਰਿਆਂ ਦੀ ਸਾਂਝੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਸਾਰਿਆਂ ਲਈ ਸਾਂਝਾ ਹੈ ਕੋਈ ਵੀ ਕਿਸੇ ਧਰਮ ਦਾ ਬੰਦਾ ਜਦੋਂ ਗੁਰਬਾਣੀ ਨੂੰ ਵਿਚਾਰਦਾ ਤੇ ਉਹ ਜਿਨ੍ਹਾਂ ਦੇ ਮਨ ਨੂੰ ਅਸਰ ਕਰ ਜਾਂਦੀ ਏ ਚੋੜ ਕਰ ਜਾਂਦੀ ਏ ਤੇ ਉਹ ਤਾਂ ਫਿਰ ਆਪਣੀ ਜ਼ਿੰਦਗੀ ਚ ਅੱਛੇ ਹੀ ਕੰਮ ਕਰਦੇ ਨੇ ਔਰ ਅੱਜ ਵਾਕਈ ਨਿਗਾਰ ਵਾਲੀ ਗੱਲ ਹੈ ਜਿਹੜੇ ਸਾਡੇ ਸਿੱਖ ਚਿਹਰੇ ਨੇ ਰਾਜਨੀਤਿਕ ਰਾਜਨੀਤੀ ਦੇ ਅੰਦਰ ਸਾਡੇ ਸਿੱਖ ਲੀਡਰ ਨੇ ਜਿਹੜੇ ਸਭ ਸੁਰਤ ਵੀ ਨੇ ਪੱਗਾਂ ਵੀ ਬੰਨੀਆਂ ਨੇ ਦਿਸਦੀਆਂ ਨੇ ਪਰ ਉਹ ਬਾਣੀ ਤੋਂ ਕੋਹਾਂ ਦੂਰ ਨੇ ਆਪ ਅੰਮ੍ਰਿਤਧਾਰ ਵੀ ਨਹੀਂ ਹੈਗੇ ਤੇ ਉਹਨਾਂ ਦੀ ਸੱਚਾਈ ਵੀ ਨਹੀਂ ਤੇ ਕੋਈ ਨਾ ਕੋਈ ਬਲੇਮ ਵੀ ਉਹਨਾਂ ਤੇ ਲੱਗਦੇ ਰਹਿੰਦੇ ਨੇ ਉਹ ਨਸ਼ਾ ਵੀ ਵੇਚਦੇ ਨੇ ਇਸ ਤਰ੍ਹਾਂ ਦੇ ਹੋਰ ਕਪਲੇ ਵੀ ਉਹਨਾਂ ਦੇ ਨਾਮ ਜੁੜੇ ਹੁੰਦੇ ਨੇ ਨਾਮ ਉਹਨਾਂ ਲੱਗਦੇ ਨੇ ਪਰ ਮੈਂ ਕਹਣਾ ਵੀ ਉਹ ਜਿਹੜਾ ਸਰੂਪ ਹੈ ਗੁਰੂ ਦਾ ਸਰੂਪ ਹੈ ਤੇ ਉਹਨਾਂ ਦੇ ਅੰਦਰ ਵਾਕਈ ਬਾਣੀ ਤੋਂ ਬੜੀ ਦੂਰੀ ਹੈ ਉਹਨਾਂ ਨੇ ਬਾਣੀ ਪੜ੍ਹਦੇ ਵੀ ਨੇ ਪਰ ਅਸਰ ਨਹੀਂ ਕਰਦੇ ਇਹ ਇੱਕ ਬੜੀ ਅਜ ਨਮੋਸ਼ੀ ਵਾਲੀ ਗੱਲ ਹੈ ਮਤਲਬ ਯੂ ਆਰ ਪ੍ਰੈਕਟੀਕਲ ਬਟ ਯੂ ਆਰ ਨਾਥ ਥਿਓਰਟੀਕਲ ਆਈ ਕੈਨ ਆਈ ਮਸਟ ਸੇ ਥਿਸ ਯੂ ਆਰ ਪ੍ਰੈਕਟੀਕਲ ਬਟ ਯੂ ਆਰ ਨਾਥ ਥਿਓਰਟੀਕਲ ਥੈਟ ਵਟ ਬਾਬਾ ਜੀ ਵਾਂਟਸ ਟੂ ਡਿਲੀਵਰ ਥਿਸ ਸਾਨੂੰ ਚਾਹੀਦਾ ਕਿ ਅਸੀਂ ਬਾਣੀ ਤੇ ਪਹਿਰਾ ਦਈਏ ਤੇ ਜਿਹੜੇ ਸਾਡੇ ਸਿੱਖ ਲੀਡਰ ਵੀ ਨੇ ਜਿਨ੍ਹਾਂ ਤੇ ਅਸੀਂ ਵਿਸ਼ਵਾਸ ਕਰਕੇ ਚੱਲਦੇ ਆਂ ਤੇ ਉਹਨਾਂ ਦਾ ਫਰਜ਼ ਬਣਦਾ ਕਿ ਜੋ ਤੁਹਾਡਾ ਚਿਹਰਾ ਹੈ ਨਾ ਤੁਹਾਡੇ ਚਿਹਰੇ ਤੇ ਦਾੜੀਆਂ ਮੁੱਛਾਂ ਨਹੀਂ ਤੁਹਾਡੇ ਚਿਹਰੇ ਤੇ ਸੁਹਣੀ ਦਸਤਾਰ ਹੈ ਇਹ ਜੋ ਸਰੂਪ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਰੂਪ ਹੈ ਸਾਨੂੰ ਆਪਣੇ ਆਪ 'ਚ ਉਹ ਗੁਰੂ ਮਹਾਰਾਜ ਜੀ ਦਿਸਣੇ ਚਾਹੀਦੇ ਨੇ ਦਿਸਣਗੇ ਤਾਂ ਹੀ ਜੇ ਅਸੀਂ ਬਾਣੀ ਨੂੰ ਅਸੀਂ ਅਸਰ ਕਰਦੇ ਆਂ ਔਰ ਤੇ ਬਾਣੀ ਦੇ ਅਮਲ ਕਰਦੇ ਆਂ ਫਿਰ ਜਿਹੜਾ ਹੈ ਸਿੱਖ ਲੀਡਰ ਹੈ ਜਿਹੜਾ ਕਮਾਂਡਰ ਹੈ ਉਹ ਵਾਕਈ ਸਾਨੂੰ ਵੀ ਨਾਂ ਲੈ ਕੇ ਚੱਲੇਗਾ ਤੇ ਦੁਨੀਆ ਵਿੱਚ ਵੀ ਉਹ ਦੱਸੇਗਾ ਜੇ ਮੈਂ ਸਿੱਖ ਹਾਂ ਮੇਰੇ ਕੋਲ ਸੂਪ ਸਿੱਖੀ ਵਾਲਾ ਹੈ ਤੇ ਮੈਂ ਗੁਰਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹਾਂ ਤੇ ਮੈਂ ਚੰਗਾ ਹੀ ਕੰਮ ਕਰਾਂਗਾ। ਪੁਰਾਤਨ ਜਿਹੜੇ ਸਾਡੇ ਜਥੇਦਾਰ ਸਨ, ਪੁਰਾਤਨ ਜਿਹੜੇ ਸਾਡੇ ਕਮਾਂਡਰ ਸਨ ਜੋ ਸਾਡੇ ਆਗੂ ਸਨ ਨਾ ਉਹਨਾਂ ਦਾ ਜੀਵਨ ਸੀ ਜਿੱਥੇ ਉਹਨਾਂ ਕੋਲ ਬਾਣਾ ਸੀ ਨਾ, ਬਾਹਰ ਦਾ ਫਹਿਰਾਵਾ ਸੀ, ਬਾਣੀ ਵੀ ਉਹਨਾਂ ਦੇ ਅੰਦਰ ਸੀ। ਉਹ ਅੱਜ ਸਾਡੇ ਜਿਹੜੇ ਹੈ ਲੀਡਰਾਂ ਕੋਲੋਂ ਸਿੱਖ ਲੀਡਰਾਂ ਕੋਲੋਂ ਖਾਸ ਤੌਰ ਤੇ ਜੰਦਾ ਜੀ ਟਾਕਿੰਗ ਅਬਾਊਟ ਮੇਰੀ ਪੀਰੀ ਕਨਸੈਪਟ ਜੋ ਕਿ ਮੇਰੀ ਪੀਰੀ ਕਨਸੈਪਟ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਸੀਗਾ ਜਿੱਥੇ ਉਹ ਅਸੀਂ ਉਹਨੂੰ ਭੁੱਲਦੇ ਜਾ ਰਹੇ ਹਾਂ ਜਿਸ ਕਰਕੇ ਕਿ ਸਾਡੀ ਜ਼ਿੰਦਗੀ ਅੰਦਰ ਸਟ्रेस ਵੀ ਹੈ ਈਗੋ ਵੀ ਹੈ ਹੰਕਾਰ ਵੀ ਹੈ ਤੇ ਸਭ ਮਨ ਇਹ ਆਖਿਆ ਵੀ ਐ ਮੈਂ ਬਿਲਕੁਲ बार-बार ਕਰਕੇ ਇਸ ਬੋਲ ਰਹੇ ਹਾਂ ਇਹ ਹੀ ਮੇਰਾ ਟੀਚਾ ਹੈ 쇼 ਸ਼ੁਰੂ ਕਰਨਾ ਰੂਹਾਨੀਅਤ ਗੱਲਾਂ ਮੈਂ ਬਿਲਕੁਲ ਇਸ ਕਰਕੇ ਬੋਲ ਰਿਹਾ ਬਿਕੋਜ਼ ਆਈ ਹੈਵ ਸੀਨ ਪੀਪਲ ਇਨ ਮਾਈ ਪ੍ਰੈਕਟੀਕਲ ਲਾਈਫ ਵੇਰ ਇਨ ਮੈਂ ਵੀ ਨਹੀਂ ਕਹਿੰਦਾ ਕਿ ਮੈਂ ਬਹੁਤ ਗੁਰਬਾਨੀ ਨੂੰ ਵਿਚਾਰਦਾ ਜਾਂ ਮੈਂ ਬਹੁਤ ਹੀ ਸੱਚਾ ਸਿੱਖ ਆਏਗਾ ਬਟ ਆਮ ਟ੍ਰਾਈਂਗ ਅਗਰ ਮੈਂ ਟ੍ਰਾਈ ਕਰ ਸਕਦਾ ਇਸ ਸ਼ੋਅ ਦੇ ਜ਼ਰੀਏ ਤੇ ਮੈਂ ਚਾਹਨਾ ਕਿ ਯੂ ਸ਼ੁੱਡ ਆਲਸੋ ਟ੍ਰਾਈ ਬਿਕੋਜ਼ ਟਰਾਈ ਹੀ ਕਰਕੇ ਆਪਾਂ ਆਪਣੀ ਲਾਈਫ ਦੇ ਵਿੱਚ ਇਸ ਫਿਲਾਸਫੀ ਨਾਲ ਜੁੜ ਸਕਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨਾਲ ਜੁੜ ਸਕਦੇ ਆ ਜਦ ਮੈਂ ਗੱਲਾਂ ਕਰਦਾ ਅਜਿਹੇ ਬੁੱਧੀਜੀਵੀ ਨਾਲ ਤੇ ਮੈਨੂੰ ਵੀ ਅੰਦਰੋਂ ਦੀ ਇੱਕ એનર્ਜੀ ਕ੍ਰੀਏਟ ਹੁੰਦੀ ਹੈ ਮੈਨੂੰ ਲੱਗਦਾ ਕਿ ਤੁਹਾਨੂੰ ਵੀ ਉਹੀ એનર્ਜੀ ਕ੍ਰੀਏਟ ਹੋ ਰਹੀ ਹੋਣੀ ਹੈ ਤੇ ਤੁਸੀਂ ਆਪਣੀ ਲਾਈਫ ਦੇ ਵਿੱਚ ਮੈਂ ਤੁਹਾਨੂੰ ਗਿਆਨ ਨਹੀਂ ਦੇਣਾ ਚਾਹੁੰਦਾ ਬਿਕੋਜ਼ ਗਿਆਨ ਦੇਣ ਦੇ ਲਈ ਮੈਂ ਆਪਣੇ ਨਾਲ ਸਿੱਖ ਬੁੱਧੀਜੀਵੀਆਂ ਨੂੰ ਬਿਠਾਉਣਾ ਉਹਨਾਂ ਦੇ ਜਿਹੜੇ ਥਾਟਸ ਨੇ ਉਹ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਕਿ ਜਦ ਮੈਂ ਆਪਣੇ ਆਪ ਦੇ ਵਿੱਚ ਸੁਧਾਰ ਕਰ ਸਕਦਾ ਲਾਈਫ ਦੇ ਵਿੱਚ ਤੇ ਮੈਨੂੰ ਜ਼ਰੂਰ ਲੱਗ ਰਿਹਾ ਹੋਣਾ ਕਿ ਤੁਸੀਂ ਟੀਵੀ ਸਕ੍ਰੀਨ ਦੇ ਜ਼ਰੀਏ ਇਸ ਸ਼ੋਅ ਦੇ ਜ਼ਰੀਏ ਤੁਸੀਂ ਆਪਣੀ ਲਾਈਫ ਦੇ ਵਿੱਚ ਤਬਦੀਲੀਆਂ ਜ਼ਰੂਰ ਲੈ ਕੇ ਆਓਗੇ ਤੇ ਤੁਸੀਂ ਜਾਂਦੇ ਜਾਂਦੇ ਬਾਬਾ ਜੀ ਮੈਂ ਚਾਹਨਾ ਕਿ ਤੁਸੀਂ ਕੋਈ ਸੁਨੇਹਾ ਜਿਹੜੀ ਸਿੱਖ ਸੰਗਤ ਹੁੰਦੇ ਤੋਂ ਕਿਉਂਕਿ ਸਮਾਂ ਬਹੁਤਾ ਨਹੀਂ ਹੈਗਾ ਸੋ ਸੁਨੇਹਾ ਗੁਰਬਾਣੀ ਅਨੁਸਾਰ ਤਾਂ ਇਹੀ ਹੈ ਗੁਰਬਾਣੀ ਨੂੰ ਅਸੀਂ ਸਮਝੀਏ ਸਮਝ ਤਾਂ ਹੀ ਸਕਾਂਗੇ ਜੇ ਅਸੀਂ ਉਹਨਾਂ ਨੂੰ ਅਰਥਾਂ ਸਮੇਤ ਪੜਾਂਗੇ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਸਮਝਾਂਗੇ ਤਾਂ ਅਸੀਂ ਸਮਾਜ ਦੇ ਲਈ ਭਲਾ ਕਰ ਸਕਦੇ ਹਾਂ ਆਪਣੇ ਦੇਸ਼ ਦੀ ਉન્નਤੀ ਲਈ ਹਿੱਸਾ ਪਾ ਸਕਦੇ ਹਾਂ ਅਸੀਂ ਸਾਰੇ ਸੰਸਾਰ ਦੇ ਵਿਸ਼ਵ ਦੇ ਅੰਦਰ ਸ਼ਾਂਤੀ ਕਾਇਮ ਕਰ ਸਕਦੇ ਹਾਂ ਸੋ ਇਹ ਜੋ ਸੁਨੇਹਾ ਹੈ ਆਪ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜਸਟ ਟੀਵੀ ਦਾ ਆਪ ਸਦਾ ਹਰਕੀਰਤ ਸਿੰਘ ਜੀ ਆਲੂਵਾਲੀਆ ਆਪ ਜੀ ਨਾਲ ਜੋ ਕੈਮਰਾਮੈਨ ਦੀਪਕ ਜੀ ਨੇ ਇਹਨਾਂ ਦਾ ਬਹੁਤ ਧੰਨਵਾਦ ਹੈ ਹਮੇਸ਼ਾ ਮਿਲਦੇ ਰਹਿੰਦੇ ਨੇ ਆਪ ਦੇ ਜ਼ਰੀਏ ਜਿਹੜਾ ਗੁਰਬਾਣੀ ਦਾ ਇਹ ਸੰਦੇਸ਼ ਜੋ ਆਪ ਜੀ ਬੁੱਧੀ ਜੀਵੀਆਂ ਨੂੰ ਗੁਰੂ ਕੇ ਕੀਰਤਨੀਆਂ ਨੂੰ ਗੁਰੂ ਕੇ ਕਥਾਵਾਚਕਾਂ ਨੂੰ ਨਾਲ ਲੈ ਕੇ ਜੋ ਗੁਰਬਾਣੀ ਦੀ ਗੱਲ ਹੈ ਘਰ-ਘਰ ਪਹੁੰਚਾਉਂਦੇ ਹੋ ਬੜਾ ਅੱਛਾ ਤਰੀਕਾ ਹੈ ਬਹੁਤ ਵਰੀਆ ਇਹ ਆਪ ਜੀ ਦਾ ਉਪਰਾਲਾ ਹੈ ਆਪ ਜੀ ਦਾ ਵੀ ਤਨਵਾਦ ਹੈ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਹੈ ਕਿ ਆਪਾਂ ਬਾਣੀ ਨੂੰ ਕੇਵਲ ਤੇ ਕੇਵਲ ਇੱਕ ਤੋਤਾ ਰਟਨ ਬਣਾ ਕੇ ਨਹੀਂ ਚੱਲਣਾ ਜਿੱਥੇ ਸਾਡਾ ਰੂਟੀਨ ਹੈ ਅਸੀਂ ਨਿਤਨੇਮ ਕਰਨਾ ਹੈ ਕੇਵਲ ਤੋਤਾ ਰਟਨ ਹੀ ਨਹੀਂ ਨਾਲ-ਨਾਲ ਉਹਨੂੰ ਅਸੀਂ ਪ੍ਰੈਕਟੀਕਲੀ ਲਾਈਫ ਦੇ ਵਿੱਚ ਵੀ ਅਸੀਂ ਉਹਨਾਂ ਦੇ ਅਮਲ ਕਰੀਏ ਤਾਂ ਜੋ ਅਸੀਂ ਆਪਣੀ ਲਾਈਫ ਨੂੰ ਜਿੱਥੇ ਉਚੇਰਾ ਕਰ ਸਕੀਏ ਅਸੀਂ ਸਮਾਜ ਦੇ ਲਈ ਭਲਾ ਕਰ ਸਕੀਏ ਕਿਉਂਕਿ ਗੁਰੂ ਸਾਹਿਬਾਂ ਨੇ ਸਾਨੂੰ ਸਮਾਜ ਦੇ ਨਾਲ ਜੋੜਿਆ ਹੈ ਗੁਰੂ ਸੇਵਾ ਨੇ ਬੜੇ ਬੜੇ ਵੱਡੇ ਸ਼ਹਿਰ ਬਸਾਈ ਨੇ ਅੱਛਾ ਮੈਨੂੰ ਜਦੋਂ ਜਦੋਂ ਇੱਕ ਚੀਜ਼ ਹੋਰ ਵੀ ਜ਼ਿਹਨ ਦੇ ਵਿੱਚ ਆ ਰਹੀ ਹੈ ਸਮਾਂ ਨਹੀਂ ਹੈਗਾ ਲੇਕਿਨ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਕਿ ਅਸੀਂ ਆਪਣੀ ਇਸ ਲਾਈਵ ਦੇ ਵਿੱਚ ਇਸ ਡੇਲੀ ਰੁਟੀਨ ਦੇ ਵਿੱਚ ਸੋਸ਼ਲ ਲਾਈਫ ਸਮਾਜਿਕ ਲਾਈਫ ਜੇ ਕੋ ਸਾਨੂੰ ਬਾਣੀ ਦੇ ਵਿੱਚ ਮਿਲੀ ਹੈ ਜੇ ਸਾਨੂੰ ਗੁਰੂ ਸਾਹਿਬਾਨ ਦੇ ਗਏ ਸੀਗੇ ਕਿ ਉਹਦੇ ਨਾਲ ਜੁੜਨਾ ਚਾਹੀਦਾ ਕਿ ਸਾਨੂੰ ਸੋਸ਼ਲ ਵੀ ਹੋਣਾ ਚਾਹੀਦਾ ਆਪਣੇ ਰਿਸ਼ਤੇਦਾਰਾਂ ਨਾਲ ਪਰਿਵਾਰਾਂ ਨਾਲ ਦੋਸਤਾਂ ਨਾਲ ਵੀ ਸਾਨੂੰ ਰਾਬਤਾ ਕਾਇਮ ਕਰਨਾ ਚਾਹੀਦਾ ਲੇਕਿਨ ਅੱਜ ਨਹੀਂ ਹੋ ਪਾ ਰਹੇ ਹੋ ਤੁਹਾਨੂੰ ਉਹਦਾ ਕੀ ਕਾਰਨ ਲੱਗਦਾ ਕਾਰਨ ਇਹ ਹੀ ਹੈ ਕਿ ਅਸੀਂ ਇੰਨਾ ਕੁ ਜੀਵਨ ਵਿੱਚ ਆ ਗਏ ਹਾਂ ਸਾਨੂੰ ਜਿਹੜਾ ਸਾਡਾ ਸਟੇਟਸ ਲੱਗਦਾ ਵੀ ਸਾਡੇ ਕੋਲ ਬੈਂਕ ਬੈਲੈਂਸ ਹੋਵੇ ਸਾਡੇ ਕੋਲ ਹੋਰ ਸਹੂਲਤਾਂ ਹੋਣ ਹੋਰ ਇਹ ਕਰਕੇ ਅਸੀਂ ਲੱਗਦਾ ਵੀ ਅਸੀਂ ਅੱਗੇ ਨਿਕਲ ਜਾਈਏ ਆਪਣੇ ਅਸੀਂ ਈਗੋ 'ਚ ਅਸੀਂ ਜਾਂ ਇਹ ਵੀ ਭੁੱਲ ਜਾਂਦੇ ਆ ਕਿ ਅਸੀਂ ਆਪਣੇ ਭਰਾ ਨੂੰ ਜਾਂ ਆਪਣੇ ਰਿਸ਼ਤੇਦਾਰ ਨੂੰ ਉਹ ਇਹ ਸਾਡਾ ਰਿਸਦਾ ਅਰਸ ਕੋਈ ਸੋਚਦੇ ਕਿ ਇਸ ਤੋਂ ਅੱਗੇ ਲੰਘ ਜਾਈਏ ਪੈਸੇ ਦੇ ਪਿੱਛੇ ਬਲ ਕਹਿੰਦਾ وہی ਭਾਵ ਕਿ ਅਸੀਂ ਲੋਕਾਂ ਨੂੰ ਪਾਰ ਸਮਝਾ ਰਹੇ ਹਾਂ ਕਿ ਵੀ ਆਰ ਮੇਕਿੰਗ ਪੀਪਲ ਅੰਡਰਸਟੈਂਡਿੰਗ ਕਿ ਉਹ ਲੋਕਾਂ ਨੂੰ ਵਿਚਾਰ ਦੇ ਰਹੇ ਆਂ ਜਾ ਕੇ ਲੇਕਿਨ ਘਰ ਦੇ ਵਿੱਚ ਉਸ ਵਿਚਾਰ ਨੂੰ ਇੰਪਲੀਮੈਂਟ ਨਹੀਂ ਕਰ ਰਹੇ ਬਿਲਕੁਲ ਬਿਲਕੁਲ ਗੁਰਬਾਣੀ ਜਿਹੜੀ ਹੈ ਸਾਨੂੰ ਜਿਹੜੀ ਹੈ ਉਸ ਪ੍ਰਮਾਤਮਾ ਨਾਲ ਜੋੜਦੀ ਹੈ ਤੇ ਸਮਾਜ ਦੇ ਨਾਲ ਵੀ ਜੋੜਦੀ ਹੈ கரੈਕਟ ਤੇ ਜਿੱਥੇ ਇੱਕ ਸਿੱਖ ਜਿਹੜਾ ਉਹ ਧਾਰਮਿਕ ਹੋਣਾ ਚਾਹੀਦਾ ਤੇ ਨਾਲ ਬਾਬਾ ਜੀ ਦੇ ਕਹਿਣ ਦਾ ਭਾਵ ਹੈ ਕਿ ਉਹ ਸਮਾਜਿਕ ਵੀ ਹੋਣਾ ਚਾਹੀਦਾ ਸੋਸ਼ਲ ਵੀ ਹੋਣਾ ਚਾਹੀਦਾ ਤੇ ਇਸ ਦੇ ਨਾਲ ਐ ਸੀਗੇ ਮੇਰੇ ਨਾਲ ਗਿਆਨੀ ਕੁਲਦੀਪ ਸਿੰਘ ਜੀ ਹੈਡ ਗਾਰੰਟੀ ਗੁਰਨਾਨਕ ਦਰਬਾਰ ਹੈਕਸਵਿਲ ਜੇਕਰ ਤੁਸੀਂ ਇਹਨਾਂ ਨਾਲ ਰابطਾ ਕਾਇਮ ਕਰਨਾ ਚਾਹੁੰਦੇ ਹੋ ਇਹਨਾਂ ਦੇ ਵਿਚਾਰ ਤੁਸੀਂ ਸੁੰਨਾ ਚਾਹੁੰਦੇ ਹੋ ਜੇਕਰ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਚੱਲ ਰਹੇ ਨੇ ਤੇ ਹੇਠ ਲਿਖੇ ਫੋਨ ਨੰਬਰ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ ਜੇ ਵਿਦੇਸ਼ਾਂ ਦੇ ਵਿੱਚ ਦੇਖ ਰਹੇ ਹੋ ਜੇ ਤੁਸੀਂ ਬਾਬਾ ਜੀ ਨੂੰ ਉੱਥੇ ਬੁਲਾਉਣਾ ਚਾਹੁੰਦੇ ਹੋ ਦੂਕ ਇਨਡੇਫਿਨਟਲੀ ਕਾਲ ਹਿਮ ਵੀ ਆਰ ਸ਼ੋਕੇਸਿੰਗ ਹਿਸ ਨੰਬਰ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਉਹਨਾਂ ਨਾਲ ਰابطਾ ਕਾਇਮ ਕਰ ਸਕਦੇ ਹੋ ਇਸ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਮੈਨੂੰ ਹਰਕੀਰਤ ਸਿੰਘ ਆਲੀਵਾਲੀਆ ज्ञानी कुलदीप सिंह जी ਨੂੰ ਬਹੁਤ ਜ਼ਿਆਦਾ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ